ਸਾਰੀਓ ਪ੍ਰਧਾਨਗੀ ਮੰਡਲ ਅਤੇ ਹਾਜ਼ਰੀ, ਮੇਰੇ ਪੇਪਰ ਦਾ ਵਿਸ਼ਾ ਹੈ ਭਾਈ ਮਨੀ ਸਿੰਘ ਜੀ ਦੇ ਚਰਿੱਤਰ ਦੀਆਂ ਦੇਵੀ ਰਮਜ਼ਾਂ। ਮੈਂ ਉਹਨਾਂ ਦੇ ਜੀਵਨ ਦੇ ਸਾਰੇ ਪਸਾਰੇ ਨੂੰ ਤਾਂ ਥੋੜ੍ਹੇ ਸਮੇਂ 'ਚ ਪਕੜਨਾ ਨਾਮੁਮਕਿਨ ਹੈ। ਮੈਂ ਇੱਕ ਦੋ ਜਿਹੜੇ ਮੇਨ ਜਿਹੜੀ ਮੇਰੀ ਮੰਨੀ ਚੀਜ਼ਾਂ ਹੈ ਉਹਨਾਂ ਨੂੰ ਆਪ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂ। ਜਿਹੜਾ ਇਹ ਪੇਪਰ ਹੈ ਇਹਦੀ ਸਪਿਰਿਟ ਇਸ ਤਰ੍ਹਾਂ ਦੀ ਹੈ ਕਿ ਉਹਨੂੰ ਸਿੱਧਾ ਹੀ ਜਿਸ ਤਰ੍ਹਾਂ ਦਾ ਐਟਮੋਸਫੀਅਰ ਬਣਿਆ ਹੋਇਆ ਐਕਡੈਮਿਕਸ ਦਾ ਜਾਂ ਜਿਸ ਤਰ੍ਹਾਂ ਦਾ ਅੱਜ ਕੱਲ੍ਹ ਕਲਚਰਲ ਤੌਰ 'ਤੇ ਧਰਮ ਅਤੇ ਧਰਮ ਦੀਆਂ ਚੀਜ਼ਾਂ ਪ੍ਰਤੀ ਜਿਹੜੀ ਇੱਕ ਪਾਪੂਲਰ ਸਮਝ ਬਣੀ ਹੋਈ ਹੈ ਉਹਦੇ ਵਿੱਚ ਇਹਨੂੰ ਇੱਕਦਮ ਨਹੀਂ ਟਿਕਾਇਆ ਜਾ ਸਕਦਾ ਇਸ ਰਮਜ਼ ਨੂੰ। ਇਸ ਕਰਕੇ ਪਹਿਲਾਂ ਇੱਕ ਦੋ ਗੱਲਾਂ ਮੌਜੂਦਾ ਦੌਰ ਬਾਰੇ ਕਿ ਜਿਹੜੀ ਮੌਜੂਦਾ ਸਮਝ ਚੱਲ ਰਹੀ ਹੈ ਸਾਰੇ ਵਿਸ਼ਵ ਦੇ ਵਿੱਚ ਉਹਦੇ ਵਿੱਚ ਤਿੰਨ ਪੜਾਅ ਜਿਹੜੇ ਆ ਉਹਨਾਂ ਨੂੰ ਸਮਝਣਾ ਬੜਾ ਜ਼ਰੂਰੀ ਹੈ ਕਿ ਯੂਰਪ ਦੇ ਵਿੱਚ ਜਦੋਂ ਰੈਨੇਸਾਂ ਆਇਆ ਤਾਂ ਉਦੋਂ ਗੋਡ ਦੀ ਥਾਂ 'ਤੇ ਪਰਮਾਤਮਾ ਦੀ ਥਾਂ 'ਤੇ ਮੈਨ ਜਦੋਂ ਸੈਂਟਰ ਬਣਿਆ ਅਤੇ ਉਹਦੇ ਵਿੱਚੋਂ ਜਿਹੜੀਆਂ ਰੈਸ਼ਨੈਲਿਟੀ ਨੂੰ ਜਾਂ ਸਾਇੰਸ ਨੂੰ ਜਾਂ ਇਸ ਤਰ੍ਹਾਂ ਉਹਨਾਂ ਨੇ ਹਿਊਮਨ ਨੁਕਤੇ ਤੋਂ ਜਦੋਂ ਇਹਨਾਂ ਨੂੰ ਇੰਟਰਪ੍ਰੈਟ ਕਰਨਾ ਸ਼ੁਰੂ ਕੀਤਾ ਅਤੇ ਉਹਦੇ ਵਿੱਚੋਂ ਜਿਹੜੇ ਥਾਟ ਪ੍ਰੋਸੈਸ ਪੈਦਾ ਹੋਏ ਉਹਨਾਂ ਨੇ ਯੂਰਪ ਦੇ ਵਿੱਚ ਪਰਮਾਤਮਾ ਦੀ ਥਾਂ 'ਤੇ ਮਨੁੱਖ ਕੇਂਦਰਿਤ ਜਿਹੜੇ ਨਿਜ਼ਾਮ ਪੈਦਾ ਕਰਨੇ ਸ਼ੁਰੂ ਕਰਤੇ, ਉਸ ਤਰ੍ਹਾਂ ਦੇ ਫਲਸਫੇ ਪੈਦਾ ਕਰਨੇ ਸ਼ੁਰੂ ਕਰਤੇ ਅਤੇ ਸੱਚ ਦੀ ਵਿਆਖਿਆ ਉਸ ਤਰ੍ਹਾਂ ਕਰਨੀ ਸ਼ੁਰੂ ਕਰਤੀ। ਉਹਦੇ ਵਿੱਚੋਂ ਦੀ ਉੱਥੇ ਇੰਡਸਟਰੀਲਾਈਜੇਸ਼ਨ ਦਾ ਦੌਰ ਵਾਪਰਿਆ ਜਿਹਦੇ ਵਿੱਚੋਂ ਦੀ ਕੈਪੀਟਲਿਜ਼ਮ ਦੀ ਜਿਹੜੀ ਹੈ ਉਹ ਗਰੋਥ ਹੋਈ ਅਤੇ ਉਹਦੇ ਵਿੱਚੋਂ ਦੀ ਜਿਹੜਾ ਬਸਤੀਵਾਦ ਜਿਹੜਾ ਪੈਦਾ ਹੋਇਆ ਅਤੇ ਉਹ ਬਸਤੀਵਾਦ ਜਿਹੜਾ ਉਹਨੇ ਵੱਖ ਵੱਖ ਦੇਸ਼ਾਂ ਦੇ ਵਿੱਚ ਜਾ ਕੇ ਉੱਥੋਂ ਦੇ ਰਾ ਮਟੀਰੀਅਲ 'ਤੇ ਕਬਜ਼ਾ ਕੀਤਾ ਅਤੇ ਜੋ ਯੂਰਪ ਦੇ ਵਿੱਚ ਇੰਡਸਟਰੀ ਨਾਲ ਵਾਧੂ ਪ੍ਰੋਡਕਸ਼ਨ ਸੀ ਉਹਦੇ ਲਈ ਉਹਨਾਂ ਨੂੰ ਬਸਤੀਆਂ ਦੀ ਲੋੜ ਸੀ ਸੈੱਲ ਕਰਨ ਦੀ। ਉਹਨਾਂ ਨੇ ਨਾਲ ਨਾਲ ਆਪਣਾ ਥੋਟ ਪ੍ਰੋਸੈਸ ਵੀ ਉਹਨਾਂ ਬਸਤੀਆਂ ਦੇ ਵਿੱਚ ਲਿਆਂਦਾ ਜਿਹਦੇ ਵਿੱਚੋਂ ਦੀ ਸਾਡੇ ਮਾਡਰਨ ਜਿਹੜੇ ਆ ਐਜੂਕੇਸ਼ਨ ਦੇ ਅਦਾਰੇ ਅਤੇ ਸਬਜੈਕਟਸ ਦੀ ਜਿਹੜੀ ਡਿਵੀਜ਼ਨ ਆ ਇਹ ਪੈਦਾ ਹੋਈ ਅਤੇ ਅਸੀਂ ਆਪਣੀਆਂ ਪਰੰਪਰਾਵਾਂ ਨੂੰ ਉਸ ਜਿਹੜਾ ਗਿਆਨ ਉਹਨਾਂ ਨੇ ਲਿਆਂਦਾ ਉਸ ਨਜ਼ਰ ਤੋਂ ਦੇਖਣਾ ਸ਼ੁਰੂ ਕਰ ਦਿੱਤਾ ਅਤੇ ਸਾਡੀਆਂ ਪਰੰਪਰਾਵਾਂ ਦੀ ਸ਼ੁੱਧਤਾ ਦੇ ਨਾਲ ਜਿਹੜੀ ਜਿਹੜੀ ਉਸ ਵੇਲੇ ਦੇ ਸਮਾਜਾਂ ਦੀ ਅਸ਼ੁੱਧਤਾ ਦੇ ਪਹਿਲੂ ਨਾਲ ਚੱਲ ਰਹੇ ਸੀ ਅਤੇ ਸਾਡੀ ਸ਼ੁੱਧਤਾ ਉਹਨਾਂ ਦੇ ਵਿੱਚ ਗੁੰਮ ਚੁੱਕੀ ਸੀਗੀ ਅਸੀਂ ਉਹਨੂੰ ਆਪਣੀ ਸ਼ੁੱਧਤਾ ਦੇ ਸਮੇਤ ਰਿਜੈਕਟ ਕਰ ਦਿੱਤਾ ਅਤੇ ਸਾਡੀਆਂ ਸੁਧਾਰਕ ਮੂਵਮੈਂਟਸ ਨੇ ਭਾਵੇਂ ਕਿ ਉਹਨਾਂ ਦਾ ਵੀ ਪਰਪਸ ਪੋਜ਼ਿਟਿਵ ਸੀ ਕਿਉਂਕਿ ਜਿਹੜਾ ਸਾਡਾ ਟ੍ਰੈਡੀਸ਼ਨਲ ਗਿਆਨ ਸੀਗਾ ਉਹ ਹਾਈਜੈਕ ਹੋ ਚੁੱਕਾ ਸੀ ਸਾਡੇ ਹੀ ਲੋਕਾਂ ਦੁਆਰਾ ਇੱਥੋਂ ਦੇ ਹੀ ਕਲਚਰਲ ਫਿਨੋਮੀਨੇ ਦੁਆਰਾ। ਉਹਦੇ ਵਿੱਚ ਉਹਨਾਂ ਨੇ ਸੁਧਾਰ ਕੀਤਾ ਪਰ ਉਹਨਾਂ ਦੇ ਜਿਹੜੇ ਮਾਪਦੰਡ ਸੀਗੇ ਉਹ ਬਸਤੀਵਾਦੀ ਚਿੰਤਨ ਦੇ ਆਧਾਰਾਂ ਦੇ ਉੱਤੇ ਸੀ ਉਹਨਾਂ ਨਾਲ ਸਾਡੀ ਟ੍ਰੈਡੀਸ਼ਨ ਦਾ ਪੂਰਾ ਡਾਇਲੋਗ ਨਹੀਂ ਸੀ ਹੋਇਆ ਹੋਇਆ। ਉਸ ਤੋਂ ਬਾਅਦ ਜੋ ਹੁਣ ਕੈਪੀਟਲਿਜ਼ਮ ਦੇ ਦੌਰ ਦੇ ਵਿੱਚ ਪੂੰਜੀਵਾਦ ਜਿਹੜਾ ਨਵਾਂ ਰੂਪ ਲੈ ਕੇ ਆ ਰਿਹਾ ਜਿਹਦੇ 'ਚ ਜਿਸ ਤਰ੍ਹਾਂ ਦਾ ਹੁਣ ਵਰਤਾਰਾ ਚੱਲ ਰਿਹਾ ਇਹਦੇ ਵਿੱਚੋਂ ਹੋਰ ਨਵੀਆਂ ਸਮਝਾਂ ਜਿਹੜੀਆਂ ਪੈਦਾ ਹੋ ਰਹੀਆਂ ਪਰ ਪੰਜਾਬ ਦੇ ਚਿੰਤਨ ਦੀ
ਇੱਕ ਦੁਖਾਂਤ ਇਹ ਹੈ ਕਿ ਪਹਿਲਾਂ ਇਹਨੇ ਆਪਣੀ ਪਰੰਪਰਾ ਦੀ ਸ਼ੁੱਧਤਾ ਨੂੰ ਪੂਰਾ ਨਹੀਂ ਪਛਾਣਿਆ ਤੇ ਉਹਨੂੰ ਰਿਜੈਕਸ਼ਨ ਤੇ ਉਹਨੂੰ ਹਾਸ਼ੀਏ ਦੇ ਉੱਤੇ ਕਰ ਦਿੱਤਾ। ਤੇ ਹੁਣ ਦੂਜੀ ਟ੍ਰੈਜਡੀ ਇਹ ਹੈ ਕਿ ਅੰਗਰੇਜ਼ ਵੈਸਟ ਦੇ ਵਿੱਚ ਜਿਹੜਾ ਉਹਨਾਂ ਦਾ ਬਸਤੀਵਾਦੀ ਜਿਹੜਾ ਚਿੰਤਨ ਸੀ ਉਹਦੇ ਵਿੱਚ ਨਵੀਆਂ ਡਾਇਮੈਂਸ਼ਨਸ ਆ ਚੁੱਕੀਆਂ ਜਾਂ ਪੋਸਟ ਮਾਡਰਨ ਥਾਟ ਦੇ ਵਿੱਚ, ਤੇ ਪੰਜਾਬ ਉਹ ਨਾ ਪੋਸਟ ਮਾਡਰਨ ਥਾਟ ਦੇ ਵਿੱਚ ਉਹ ਇਨਸਾਈਟਸ ਲੈ ਰਿਹਾ। ਇਸ ਕਰਕੇ ਪੰਜਾਬ ਦਾ ਜਿਹੜਾ ਯੂਨੀਵਰਸਿਟੀਜ਼ ਕਾਲਜਿਸ ਦਾ ਜ਼ਿਆਦਾਤਰ ਚਿੰਤਨ ਆ ਉਹਦਾ ਜਿਹੜਾ ਝੁਕਾਅ ਆ ਉਹ ਬਸਤੀਵਾਦੀ ਚਿੰਤਨ ਦੀ ਜਿਹੜੀ ਸਟ੍ਰੈਟਜੀ ਸੀ ਅੰਗਰੇਜ਼ਾਂ ਦੀ ਤੇ ਉਹਦੇ ਵਿੱਚੋਂ ਜਿਹੜਾ ਸਾਡੀਆਂ ਸੁਧਾਰਕ ਮੂਵਮੈਂਟਸ ਨੇ ਜੋ ਮਾਪਦੰਡ ਬਣਾਇਆ ਸੀ ਜਿਹੜਾ ਕਿ ਟ੍ਰੈਡੀਸ਼ਨ ਦੀ ਸਪਿਰਿਟ ਨਾਲ ਪੂਰਾ ਡਾਇਲੋਗ ਕੀਤੇ ਤੋਂ ਬਗੈਰ ਬਣਾਇਆ ਸੀ ਭਾਵੇਂ ਕਿ ਸੁਹਿਰਦਤਾ ਨਾਲ ਬਣਾਇਆ ਸੀ, ਉਸ ਦੇ ਵਿਚਕਾਰ ਹੀ ਅਸੀਂ ਸਾਡਾ ਪਾਪੂਲਰ ਜਿਹੜਾ ਸਿੱਖ ਕਲਚਰ ਆ ਤੇ ਸਾਡੇ ਜਿਹੜੇ ਅਕੈਡਮਿਕਸ ਆ ਉਹਦੀਆਂ ਅਟਰੈਕਸ਼ਨਸ ਦੇ ਵਿੱਚ ਹੀ ਚੱਲਦੀ ਪਈ ਹੈ। ਇਸ ਕਰਕੇ ਮੈਂ ਜਿਹੜਾ ਬੋਲਣ ਜਾ ਰਿਹਾ ਹਾਂ ਮੇਰਾ ਬੋਲਣ ਦਾ ਮਤਲਬ ਇਹ ਹੈ ਕਿ ਜਿਹੜੀ ਟ੍ਰੈਡੀਸ਼ਨਲ ਦੇ ਵਿੱਚ ਟ੍ਰੈਡੀਸ਼ਨ ਦੇ ਵਿੱਚ ਦੈਵੀ ਰਮਜ ਪਈ ਹੈ ਜੋ ਗੁਰੂ ਨੇ ਬਖਸ਼ਿਆ ਉਹਦੀ ਆਪਣੀ ਸਵੱਛਤਾ ਤੇ ਉਹਦੇ ਆਪਣੇ ਰਹੱਸਮਈ ਤੇ ਉਹਦੇ ਆਪਣੇ ਦੈਵੀ ਐਟਮੋਸਫੀਅਰ ਕੀ ਹੈ ਤੇ ਉਹ ਕਾਲ ਨੂੰ ਹਿਸਟਰੀ ਨੂੰ ਸੁਸਾਇਟੀ ਨੂੰ ਕਿਸ ਤਰ੍ਹਾਂ ਨਵਾਜਿਸ਼ ਦਿੰਦੇ ਆ। ਜਦਕਿ ਹੁਣ ਇਹ ਬਣ ਚੁੱਕਿਆ ਕਿ ਜਿਹੜਾ ਮਤਲਬ ਗੁਰੂ ਹੈ ਉਹ ਹਿਸਟਰੀ ਦਾ ਇੱਕ ਪਾਰਟ ਆ ਜਾਂ ਉਹ ਟਾਈਮ ਦਾ ਇੱਕ ਛੋਟਾ ਪਾਰਟ ਆ, ਜਦਕਿ ਗੁਰੂ ਦੀ ਰਿਅਲਾਈਜੇਸ਼ਨ ਦੇ ਵਿੱਚ ਗੁਰੂ ਹਿਸਟਰੀ ਦਾ ਇੱਕ ਨਿੱਕਾ ਪਾਰਟ ਨਹੀਂ ਹੈ, ਟਾਈਮ ਦਾ ਇੱਕ ਨਿੱਕਾ ਪਾਰਟ ਨਹੀਂ ਹੈ, ਉਹਦਾ ਜਿਹੜਾ ਸ਼ਬਦ ਰੂਪ ਆ ਤੇ ਜੋਤ ਰੂਪ ਆ ਉਹ ਤਿੰਨ ਕਾਲ ਦੀਆਂ ਡਾਇਮੈਂਸ਼ਨਸ ਆਪਣੇ ਅੰਦਰ ਕਿਸ ਤਰ੍ਹਾਂ ਰੱਖਦਾ ਆ ਇਹਦੇ ਵਿੱਚੋਂ ਕੋਈ ਸਟਰਕਚਰ ਬਣਾਉਣਾ ਚਾਹੀਦਾ ਸਾਨੂੰ ਤੇ ਅਸੀਂ ਵਰਲਡ ਦੇ ਵਿੱਚ ਉਹ ਸਟਰਕਚਰ ਲੈ ਕੇ ਚੱਲੀਏ। ਇਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਮੈਂ ਇੱਕ ਦੋ ਨੁਕਤੇ ਤੁਹਾਡੇ ਨਾਲ ਸਾਂਝੇ ਕਰਾਂਗਾ। ਪਹਿਲਾ ਨੁਕਤਾ ਇਹ ਹੈ ਕਿ ਜਿਹੜਾ ਗੁਰੂ ਹੈ ਉਹਨੂੰ ਮਨੁੱਖੀ ਮਨੋਵਿਗਿਆਨ ਤੇ ਮਨੁੱਖ ਦੀ ਹਿਊਮਨਿਸਟਿਕ ਨੁਕਤੇ ਤੋਂ ਪੈਦਾ ਕੀਤੀ ਐਥਿਕਸ ਉਹਦਾ ਨੈਤਿਕਤਾ ਅਤੇ ਸੋਸ਼ਲ ਸਾਈਕੋਲੋਜੀ ਦੇ ਨੁਕਤੇ ਤੋਂ ਗੁਰੂ ਦੀਆਂ ਦੈਵੀ ਰਮਜ਼ਾਂ ਨੂੰ ਨਹੀਂ ਸਮਝਿਆ ਜਾ ਸਕਦਾ। ਇਸ ਕਰਕੇ ਸਾਨੂੰ ਇਹ ਪਛਾਣ ਕਰਨੀ ਪਏਗੀ ਕਿ ਅਸੀਂ ਜਿਹੜੀ ਬੁੱਧੀ ਦੇ ਨਾਲ ਗੁਰੂ ਸਾਖੀਆਂ ਜਾਂ ਗੁਰੂ ਕੌਤਕ ਜਾਂ ਗੁਰੂ ਦੇ ਜੀਵਨ ਦੇ ਵਰਤਾਰਿਆਂ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਉਹ ਥੋਟ ਪ੍ਰੋਸੈਸ ਕੀ ਹੈ, ਕੀ ਉਹ ਥੋਟ ਪ੍ਰੋਸੈਸ ਸਿਮਰਨ ਦੇ ਦੁਆਰਾ ਨਵਾਜਿਸ਼ ਕੀਤੀ ਸ਼੍ਰਮ ਖੰਡ ਦੇ ਵਿੱਚ ਜਿਹੜੀ ਬੁੱਧੀ ਦੀ ਘਾਟ ਹੋਣੀ ਆ ਤੇ ਸੱਚ ਖੰਡ ਦੀ ਟਕਸਾਲ ਜਿਹਦੇ ਵਿੱਚੋਂ ਸ਼ੁੱਧ ਟਕਸਾਲ ਨੇ ਨਿਕਲੀ ਆ ਉਸ ਵਰਤਾਰੇ ਦੇ ਵਿੱਚੋਂ ਦੀ ਇਹ ਸਾਡੀ ਬੌਧਿਕਤਾ ਕੁਝ ਗੁਰੂ ਨੂੰ ਦੇਖਣ ਜਾ ਰਹੀ ਹੈ ਕਿ ਨਹੀਂ। ਪਹਿਲੇ ਨੁਕਤੇ ਤੇ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਆ ਕਿ ਇਸ ਵੇਲੇ ਜਿਹੜੀ ਸਾਡੀ ਕੰਡੀਸ਼ਨਿੰਗ ਤੇ ਸਾਡੇ ਥੋਟ ਪ੍ਰੋਸੈਸ ਤੇ ਜਿਵੇਂ ਫੂਕੋ ਕਹਿੰਦਾ ਕਿ ਸਾਡੇ ਅੰਦਰਲੇ ਕੈਮੀਕਲਸ ਦੇ ਸਟਰਕਚਰ ਨੂੰ ਵੀ ਕੈਪੀਟਲਿਜ਼ਮ ਨੇ ਆਪਣੇ ਪ੍ਰੈਸ਼ਰਸ ਦੇ ਨਾਲ ਤੇ ਆਪਣੀਆਂ ਐਕਡੈਮਿਕਸ ਦੀਆਂ ਸਾਜਿਸ਼ਾਂ ਦੇ ਨਾਲ ਸਾਨੂੰ ਅੰਦਰੋਂ ਦੀ ਕੈਪਚਰ ਕਰ ਲਿਆ। ਹੁਣ ਇਹ ਕਿਹਾ ਜਾਂਦਾ ਹੈ ਕਿ ਹੁਣ ਬਸਤੀ ਬਾਹਰੋਂ ਆ ਕੇ ਨਹੀਂ ਬਣਾਈ ਜਾਂਦੀ, ਹੁਣ ਧਰਤੀ ਦੇ ਉੱਤੇ ਕਬਜ਼ਾ ਕਰਨ ਦੀ ਲੋੜ ਨਹੀਂ, ਹੁਣ ਹਿਊਮਨ ਬਾਡੀ ਉਹਦੀ ਮਾਨਸਿਕਤਾ ਤੇ ਉਹਦੇ ਅੰਦਰਲੇ ਕੈਮੀਕਲਸ ਨੂੰ ਹੀ ਥੋਟ ਨਾਲ ਤੇ ਅਟਰੈਕਸ਼ਨ ਨਾਲ ਤੇ ਮੀਡੀਆ ਦੇ ਨਾਲ ਤੇ ਸੂਚਨਾ ਦੀ ਪਾਲਟੀ ਦੇ ਨਾਲ ਤੁਹਾਨੂੰ ਅੰਦਰੋਂ ਹੀ ਕੈਪਚਰ ਕਰ ਲਿਆ ਗਿਆ। ਹੁਣ ਬਾਹਰੋਂ ਆ ਕੇ ਤੁਹਾਡੇ ਤੇ ਕਿਸੇ ਨੇ ਕਬਜ਼ਾ ਨਹੀਂ ਕਰਨਾ, ਹੁਣ ਤੁਹਾਡੇ ਤੇ ਕਬਜ਼ਾ ਇਸ ਤਰ੍ਹਾਂ ਹੋ ਰਿਹਾ। ਇਹਦਾ ਪਰਪਸ ਇਹ ਹੈ ਕਿ ਅਸੀਂ ਇਹ ਬੇਗਾਨੀਆਂ ਧਰਤੀਆਂ ਜਿਹੜੀਆਂ ਉਹ ਆਪਣਾ ਨੌਲੇਜ ਦਾ ਸਟਰਕਚਰ ਨਾ ਪੈਦਾ ਕਰ ਲੈਣ, ਉਹ ਆਪਣਾ ਗਿਆਨ ਸ਼ਾਸਤਰ ਨਾ ਪੈਦਾ ਕਰ ਲੈਣ। ਇਸ ਕਰਕੇ ਤੁਹਾਨੂੰ ਉਹ ਧਰਮ ਨੂੰ ਤੁਹਾਡੇ ਲਈ ਸਿਰਫ ਇੱਕ ਇਮੋਸ਼ਨਲ ਚੀਜ਼ ਬਣਾਇਆ ਜਾ ਰਿਹਾ,
ਜਾਂ ਮਨ ਦੀ ਸ਼ਾਂਤੀ ਲੈਣ ਲਈ ਚੀਜ਼ਾਂ ਬਣਾਈਆਂ ਜਾ ਰਹੀਆਂ, ਜਿਹਦੇ ਵਿੱਚੋਂ ਡੇਰਿਆਂ ਦਾ ਵੀ ਜਨਮ ਹੁੰਦਾ ਹੈ। ਡੇਰੇ ਤੁਹਾਡੇ ਧਰਮ ਦੇ ਗਿਆਨ ਸ਼ਾਸਤਰ ਨੂੰ ਸਿਰਫ ਇੱਕ ਇਮੋਸ਼ਨੈਲਿਟੀ ਦੇ ਵਿੱਚ ਬਦਲ ਦਿੰਦੇ ਆ, ਜਿਹਦੇ ਵਿੱਚੋਂ ਸੋਸ਼ਲ ਪ੍ਰੈਸ਼ਰ ਦਾ ਰਿਲੀਫ ਮਿਲਦਾ, ਉਹਦੇ ਚੋਂ ਗਿਆਨ ਦਾ ਵਿਸ਼ਵ ਵਿਆਪੀ ਸਟਰਕਚਰ ਨਹੀਂ ਮਿਲਦਾ, ਜਿਹਦੇ ਨਾਲ ਤੁਸੀਂ ਨਵੀਂ ਹਿਸਟਰੀ ਪੈਦਾ ਕਰਕੇ ਨਵੇਂ ਚੈਲੰਜਸ ਪੈਦਾ ਕਰ ਦਵੋ। ਇਸ ਕਰਕੇ ਜਿਹੜਾ ਇਹ ਤੁਹਾਨੂੰ ਬੜਾ ਜ਼ਰੂਰੀ ਹੈ ਦੇਖਣਾ ਇਸ ਵੇਲੇ ਸਟੂਡੈਂਟਸ ਨੂੰ, ਸਾਨੂੰ ਸਾਰਿਆਂ ਨੂੰ, ਕਿ ਅਸੀਂ ਜਿਹੜੀ ਬੌਧਿਕਤਾ ਜਿਹੜੀ ਮਾਨਸਿਕਤਾ ਨਾਲ ਆਪਣੇ ਗੁਰੂ ਦੇਵ ਨੂੰ ਦੇਖਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਹ ਸਿਮਰਨ ਦੇ ਵਿੱਚੋਂ ਜਾਗਿਆ ਹੋਇਆ ਬੈਲੈਂਸਡ ਨਿਯਮ ਵਾਲਾ ਬੌਧਿਕ ਪਸਾਰ ਹੈ ਕਿ ਨਹੀਂ ਹੈ। ਤੇ ਇਹ ਡਾਇਲੋਗ ਇਸ ਵੇਲੇ ਤੁਸੀਂ ਸਾਰੇ ਪੇਪਰਾਂ 'ਚ ਵੀ ਦੇਖ ਰਹੇ ਹੋ, ਤੇ ਸਟੇਟ ਸੈਕਟਰੀ ਸਾਹਿਬ ਵੀ ਵਾਰ ਵਾਰ ਇਸ ਗੱਲ ਦੇ ਉੱਤੇ ਗੱਲ ਕਰਦੇ ਪਏ ਆ, ਤੇ ਸਿੱਖ ਪੰਥ ਦੀ ਇਸ ਵੇਲੇ ਉਲਝਣ ਵੀ ਇਹ ਹੈ। ਇਸੇ ਕਰਕੇ ਹਰ ਤਰ੍ਹਾਂ ਦਾ ਤਣਾਅ ਲਗਾਤਾਰ ਬਣਦਾ ਜਾ ਰਿਹਾ, ਤੇ ਉਹਦੇ ਵਿੱਚ ਟ੍ਰੈਡੀਸ਼ਨ ਦੀ ਪਿਓਰਿਟੀ ਲੱਭਣੀ, ਇਹ ਜਿਵੇਂ ਕਿ ਅਸੀਂ ਤੁਸੀਂ ਦੇਖਦੇ ਹੋ, ਇੱਕ ਮੈਂ ਪੁਆਇੰਟ ਦੱਸਣ ਲੱਗਾ ਕਿ ਜਦੋਂ ਗੁਰੂ ਤਿੰਨ ਕਾਲ ਦੇ ਵਿੱਚ ਆਪਣੀ ਚੀਜ਼ ਸਥਾਪਿਤ ਕਰਦਾ ਤੇ ਉਹਨੂੰ ਹਿਸਟਰੀ ਦੇ ਪ੍ਰਵਾਹ ਦੇ ਵਿੱਚ ਤੋੜਦਾ, ਤਾਂ ਉਹਦੇ ਦੁਆਲੇ ਸਾਜਿਸ਼ ਹੋਣੀ ਕੁਦਰਤੀ ਹੈ। ਤੇ ਸਾਜਿਸ਼ ਤੇ ਜਿਵੇਂ ਭਾਈ ਮਨੀ ਸਿੰਘ ਜੀ ਦੇ ਦੁਆਲੇ ਸਾਜਿਸ਼ ਹੋਈ ਆ ਸਿੱਖ ਪੰਥ ਦੇ ਵਿੱਚ, ਉਹਨਾਂ ਦੇ ਵੱਡੇ ਬਿੰਬ ਨੂੰ ਜਿਹੜੀ ਪੰਜਾਬੀ ਕਲਚਰਲ ਸਾਇਕੀ ਆ, ਇਹ ਉਹਦੀ ਦਿੱਬਤਾ ਨੂੰ ਆਪਣੀ ਸਥਾਨਕਤਾ ਦੀ ਸਿਆਸਤ ਦੇ ਵਿੱਚ ਉਤਾਰਨਾ ਚਾਹੁੰਦੀ ਹੈ, ਇਹ ਉਤਾਰੇਗੀ, ਇਸ ਤੋਂ ਬਗੈਰ ਇਹ ਕੰਟਰਡਿਕਸ਼ਨ ਧਰਤੀ ਤੇ ਰਹੇਗੀ। ਜਦੋਂ ਤੁਸੀਂ ਵੀ ਹਾਇਰ ਰੈਲਮਸ ਦੇ ਵਿੱਚ ਜਾਓਗੇ, ਤੁਹਾਡੀ ਬੋਡੀ, ਤੁਹਾਡਾ ਪਰਿਵਾਰਕ ਮਾਹੌਲ ਤੇ ਤੁਹਾਡਾ ਸਮਾਜਿਕ ਮਾਹੌਲ ਤੇ ਤੁਹਾਡਾ ਰਾਜਨੀਤਿਕ ਮਾਹੌਲ ਤੁਹਾਨੂੰ ਪ੍ਰੈਸ਼ਰਾਈਜ਼ ਕਰੇਗਾ, ਤੇ ਤੁਹਾਡੇ ਸੋਲ ਦੇ ਜੀਵਨ ਦੇ ਲਈ ਬੜੀਆਂ ਤੁਹਾਡੇ ਅੰਦਰੋਂ ਹੀ ਕੰਟਰੋਵਰਸੀਜ਼ ਪੈਦਾ ਹੋ ਜਾਣਗੀਆਂ। ਇਸੇ ਕਰਕੇ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਕੋਈ ਆਖੇ ਭੂਤਨਾ ਕੋਈ ਬੇਤਾਲਾ। ਟਾਈਮ ਦੀ ਜਿਹੜੀ ਮੈਂਟੈਲਿਟੀ ਹੈ ਇਹ ਡਿਫਰੈਂਟ ਆ, ਜਿਹੜੇ ਸੋਲ ਦੇ ਰੈਲਮਸ ਜਦੋਂ ਜਾਗਦੇ ਆ ਉਹ ਡਿਫਰੈਂਟ ਆ। ਇਸ ਕਰਕੇ ਉਹ ਧਰਤੀ ਨਹੀਂ ਚਾਹੁੰਦੀ ਕਿ ਸੋਲ ਦੇ ਰੈਲਮਸ ਜਿਹੜੇ ਇਸ ਤਰ੍ਹਾਂ ਜਾਗ ਪੈਣ ਤੇ ਇੰਨਾ ਸੌਖਾ ਹੀ ਜਿਹੜੀ ਧਰਤੀ ਦੀ ਪੋਲਿਟੀ ਆ ਉਹਦੇ ਉੱਤੇ ਡੋਮੀਨੇਟ ਕਰ ਲੈਣ। ਤੇ ਸ਼ਹਾਦਤਾਂ ਵੀ ਐਵੇਂ ਨਹੀਂ ਵਾਪਰਦੀਆਂ ਨਿੱਕੇ ਨਿੱਕੇ, ਇੰਜ ਨਹੀਂ ਹੁੰਦਾ ਵੀ ਜ਼ੁਲਮ ਵੱਧ ਗਿਆ ਸ਼ਹਾਦਤ ਵਾਪਰ ਗਈ, ਇਹ ਇਕੱਲੀਆਂ ਇਕੱਲੀਆਂ ਇੰਜ ਨਹੀਂ ਕਰਦਾ, ਇਹਦੇ ਹੋਰ ਰੈਲਮਸ ਆ। ਇਸ ਕਰਕੇ ਭਾਈ ਮਨੀ ਸਿੰਘ ਜੀ ਦੇ ਦੁਆਲੇ, ਉਹਨਾਂ ਦੇ ਚਰਿੱਤਰ ਦੇ ਦੁਆਲੇ, ਇਹ ਸਿੱਖ ਪੰਥ ਦੇ ਅੰਦਰ ਛੁਪੇ ਹੋਏ ਉਹ ਲੋਕ ਜਿਹੜੇ ਪੰਜਾਬੀ ਕਲਚਰਲ ਸਾਇਕੀ ਨੂੰ ਬਿਲੋਂਗ ਕਰਦੇ ਆ ਤੇ ਆਪਣੀ ਭੀੜ ਪਈ ਦੇ ਉੱਤੇ ਸਿੱਖੀ ਦੀ ਸ਼ਰਨ ਵਿੱਚ ਆਏ, ਪਰ ਫਾਇਦਾ ਉਹਨਾਂ ਨੇ ਆਪਣਾ ਦੁਨੀਆਦਾਰੀ ਸਿਆਸਤ ਤੇ ਉਹਦਾ ਲੈਣਾ ਚਾਹਿਆ, ਉਹਨਾਂ ਵੱਲੋਂ ਭਾਈ ਮਨੀ ਸਿੰਘ ਜੀ ਦੇ ਬਿੰਬ ਦੇ ਉੱਤੇ ਵੱਡੀ ਸਾਜਿਸ਼ ਹੋਈ ਆ। ਤੇ ਉਹ ਕਈ ਤਰ੍ਹਾਂ ਦੀ ਸਾਜਿਸ਼, ਉਹਨਾਂ ਦੀ ਲਿਖਤਾਂ ਬਾਰੇ ਵੀ ਸਾਜਿਸ਼ ਆ, ਉਹਨਾਂ ਦੀ ਸ਼ਹਾਦਤ ਬਾਰੇ ਗਲਤ ਫਹਿਮੀਆਂ ਪੈਦਾ ਕਰਨ ਦੀ ਵੀ ਸਾਜਿਸ਼ ਆ, ਉਹਨਾਂ ਦੇ ਨਾਂ ਨੂੰ ਧੁੰਦਲਾ ਕਰਨ ਲਈ ਕਿੰਨੇ ਹੀ ਨਾਵਾਂ ਦੀ ਵੀ ਸਾਜਿਸ਼ ਆ। ਤੇ ਜਿਹੜੀ ਸ਼੍ਰੋਮਣੀ ਸੰਪਰਦਾਇਕ ਟਕਸਾਲ ਭਾਈ ਮਨੀ ਸਿੰਘ ਜੀ ਦੀ ਆ, ਇਹਦੇ ਦੁਆਲੇ ਵੀ ਸਾਜਿਸ਼ ਆ। ਤੇ ਇਹ ਸਾਜਿਸ਼ 'ਚ ਰਹਿਣਾ, ਜਿਹੜਾ ਬੇੜਾ ਤੂਫਾਨਾਂ 'ਚ ਨਹੀਂ ਰਹਿੰਦਾ ਉਹੀ ਜਿਹੜਾ ਆ ਉਹ ਫਿਰ ਵੱਡੇ ਰਾਹ ਨਹੀਂ ਪੈਦਾ ਕਰਦਾ। ਇਸ ਕਰਕੇ ਇਹ ਸਾਜਿਸ਼ ਜਿਹੜੀ ਹੋਣੀ ਆ ਇਹ ਵੀ ਇੱਕ ਇੰਪੋਰਟੈਂਟ ਚੀਜ਼ ਆ ਇਹਨੂੰ ਸਮਝਣਾ। ਇਸ ਕਰਕੇ ਵੱਡੀਆਂ ਚੀਜ਼ਾਂ ਜਿਹੜੀਆਂ ਆ ਉਹ ਤੂਫਾਨਾਂ ਦੇ ਵਿੱਚ ਹੀ ਜਿਹੜਾ ਆ ਕੁਝ ਬਣਦਾ ਆ। ਤੇ ਭਾਈ ਮਨੀ ਸਿੰਘ ਜੀ ਦਾ ਸਿਮਰਨ ਜਿਹੜਾ ਆ ਧਰਤੀ ਦੀਆਂ ਸਟ੍ਰੈਟਜੀਜ਼ ਦਾ ਉਹ ਤੂਫਾਨ ਆਪਣੇ ਦੁਆਲੇ ਖਿੱਚਦਾ ਹੈ। ਜਿਵੇਂ ਤੁਸੀਂ ਦੇਖੋ ਜਿਹੜੇ ਸੇਂਟਸ ਹੁੰਦੇ ਆ ਉਹ ਧਰਤੀ ਦੀ ਈਵਨ ਨੂੰ ਆਪਣੇ ਦੁਆਲੇ ਖਿੱਚ ਲੈਂਦੇ ਆ ਤਾਂ ਕਿ ਸਮਾਜ ਪਵਿੱਤਰ ਰਵੇ ਤੇ ਉਹਨਾਂ ਦਾ ਜਿਹੜਾ ਧਾਰਮਿਕ ਜਾਂ ਉੱਚਾ ਲਕਸ਼ ਹੈ ਦੈਵੀ ਬਿੰਬ ਆ ਉਹ ਸੁੱਚਾ ਰਵੇ, ਉਹਦੇ ਉੱਤੇ ਮਿੱਟੀ ਨਾ ਪਵੇ। ਜਿਵੇਂ ਭਾਈ ਵੀਰ ਸਿੰਘ ਦੁਆਰੇ ਸਾਜਿਸ਼ ਹੁੰਦੀ ਹੈ, ਤੁਸੀਂ ਦੇਖੋ ਪੰਜਾਬ ਦੇ ਵਿੱਚ ਲਗਾਤਾਰ ਸਾਜਿਸ਼ ਹੁੰਦੀ ਹੈ। ਭਾਈ ਵੀਰ ਸਿੰਘ ਦਾ ਬਿੰਬ ਸਹਿਤਕਾਰਾਂ ਨੂੰ ਤੇ ਜਿਹੜੀਆਂ ਸਹਿਤ ਸਭਾਵਾਂ ਬਣੀਆਂ ਹੋਈਆਂ
ਜਿਨ੍ਹਾਂ ਦਾ ਆਧਾਰ ਜਿਹੜਾ ਆ ਉਹ ਪੰਜਾਬੀ ਚੇਤਨਾ ਨੂੰ ਮਾਰਕਸਿਸਟ ਜਾਂ ਹੋਰ ਡਾਇਮੈਂਸ਼ਨ ਵੱਲ ਉਲਾਰੂ ਤਰ੍ਹਾਂ ਨਾਲ ਖਿੱਚਦਾ ਹੈ, ਮਾਰਕਸਿਜ਼ਮ ਦੇ ਬੈਲੈਂਸ ਨਾਲ ਬੜੀ ਖਿੱਚਦਾ, ਉਹ ਲਗਾਤਾਰ ਭਾਈ ਵੀਰ ਸਿੰਘ ਦੇ ਬਿੰਬ ਤੋਂ ਕੰਬਦੀਆਂ ਤੇ ਉਹਦੇ ਦੁਆਲੇ ਸਾਜਿਸ਼ ਸੁਣਦੀਆਂ ਤੇ ਉਹ ਬੰਦੀ ਤੋਂ ਬੰਦੀ ਸਾਜਿਸ਼ ਪੈਦਾ ਕੀਤੀ ਜਾਂਦੀ ਹੈ। ਇਹ ਤੋਂ ਘਬਰਾਉਣ ਦੀ ਲੋੜ ਨਹੀਂ। ਇਕਬਾਲ ਕਹਿੰਦਾ ਕਿ ਤੂਫਾਨ ਦੇ ਆਉਣ ਨਾਲ ਹੀ ਸਿੱਪੀ ਦੇ ਮੂੰਹ ਦੇ ਵਿੱਚ ਜਿਹੜੀ ਬੂੰਦ ਪੈਂਦੀ ਹੈ ਉਹਦਾ ਮੋਤੀ ਬਣਦਾ। ਇਸ ਕਰਕੇ ਇਹ ਸਾਜਿਸ਼ਾਂ ਜਿਹੜੀਆਂ ਇਹ ਸਿਮਰਨ ਨੂੰ ਰੰਗ ਦਿੰਦੀਆਂ, ਇਹਦੇ ਤੋਂ ਸ਼ਹਾਦਤ ਦਾ ਚਾਹ ਪੈਦਾ ਹੁੰਦਾ ਹੈ ਤੇ ਸਰੀਰ ਜਿਹੜਾ ਉਹ ਮੌਤ ਦਾ ਆ, ਸਰੀਰ ਕਾਇਨਾਤ ਦੇ ਵਿੱਚ ਜਾਂਦਾ, ਨਹੀਂ ਤੇ ਉਹ ਹਿਊਮਨ ਬਾਡੀ ਇੱਕ ਯੂਨਿਟ ਬਣ ਜਾਂਦੀ ਹੈ ਸਿਸਟਮ, ਪੋਲੀਟੀਕਲ ਸਿਸਟਮ ਦਾ, ਆਰਥਿਕ ਸਿਸਟਮ ਦਾ, ਜਿੰਨੇ ਵੀ ਸਟਰਕਚਰ ਚੱਲ ਰਹੇ ਤੁਸੀਂ ਉਹਦਾ ਇੱਕ ਨਿੱਕਾ ਯੂਨਿਟ ਬਣ ਜਾਂਦੇ ਹੋ। ਪਰ ਜਦੋਂ ਵੱਡੇ ਨਿਯਮ ਤੁਹਾਡੇ ਦੁਆਲੇ ਚੱਲਦੇ ਆ ਤੇ ਤੁਸੀਂ ਸਾਜਿਸ਼ਾਂ ਦੇ ਟਕਰਾਵਾਂ ਦੇ ਵਿੱਚ ਪੜਦੇ ਹੋ ਤਾਂ ਉਦੋਂ ਤੁਹਾਡੀ ਬਾਡੀ ਇੱਕ ਯੂਨਿਟ ਤੋਂ ਬਾਹਰ ਆਉਂਦੀ ਹੈ, ਇਹ ਮੌਲਦੀ ਹੈ, ਇਹ ਕਾਸਮਿਕ ਹੁੰਦੀ ਹੈ ਤੇ ਆਪਣੇ ਆਪ ਦੇ ਵਿੱਚ ਇੱਕ ਡਿਵਾਈਨ ਸੈਂਟਰ ਬਣ ਕੇ ਇੱਕ ਕਾਸਮੋਸ ਬਣਦੀ ਹੈ। ਜਿਵੇਂ ਆਪਾਂ ਕਹਿੰਦੇ ਜੋ ਬ੍ਰਹਿਮੰਡੇ ਸੋਈ ਪਿੰਡੀ, ਪਰ ਜਿਹੜੀ ਮਾਡਰਨ ਡੈਮੋਕਰੈਟਿਕ ਸੈਟਅਪ ਤੇ ਮੌਜੂਦਾ ਆਰਥਿਕਤਾ ਦੇ ਵਿੱਚ ਪੜ ਰਹੀ ਬਾਡੀ ਹੈ ਇਹ ਇੱਕ ਯੂਨਿਟ ਹੈ, ਇਹਦੇ ਵਿੱਚ ਸਾਰਾ ਬ੍ਰਹਿਮੰਡ ਨਹੀਂ ਘੁੰਮ ਸਕਦਾ ਇਹਦੀ ਚੇਤਨਾ ਚ। ਇਸ ਕਰਕੇ ਇਹ ਫਰਕ ਰਹਿੰਦਾ। ਇਸ ਕਰਕੇ ਪਹਿਲੇ ਨੰਬਰ ਤੇ ਭਾਈ ਸਾਹਿਬ ਦਾ ਜਿਹੜਾ ਚਰਿੱਤਰ ਆ ਖੁਦੇ ਦੁਆਲੇ ਇੱਕ ਦੇਖੋ ਕਿਸ ਤਰ੍ਹਾਂ ਦੀ ਖੂਬਸੂਰਤੀ ਹੈ ਕਿ ਉਹਨਾਂ ਨੇ ਧਰਤੀ ਦੀ ਮੈਲ ਦੇ ਜਿਹੜੇ ਸਟਰਕਚਰ ਆ ਉਹਨਾਂ ਨੂੰ ਆਪਣੇ ਦੁਆਲੇ ਖਿੱਚਿਆ ਹੋਇਆ, ਉਹਨਾਂ ਦੇ ਦੁਆਲੇ ਘੁੰਮਦੇ ਆ ਤੇ ਤਾਂ ਕਿ ਉਹ ਮੈਲ ਜਿਹੜੀ ਹੈ ਉਹ ਗੁਰੂ ਬਿੰਬ ਤੇ ਨਾ ਪੈ ਸਕੇ, ਉਹਨਾਂ ਨੇ ਆਪਣੇ ਉੱਤੇ ਉਹ ਮੈਲ ਧਾਰਨ ਕੀਤੀ ਹੋਈ ਹੈ ਤੇ ਕਾਲ ਦੇ ਵਿੱਚ ਇੰਨੀ ਚੱਲੇਗਾ। ਤੇ ਭਾਈ ਬਣੀ ਸਿੰਘ ਜੀ ਦੇ ਬਿੰਬ ਦੇ ਦੁਆਰਾ ਜਦੋਂ ਸ਼ੁੱਧਤਾ ਪੈਦਾ ਹੋਊਗੀ ਤੇ ਉਹਨੂੰ ਇਸ ਮੈਲ ਦੇ ਨਾਲ ਵੱਡਾ ਟਕਰਾਅ ਵੀ ਕਰਨਾ ਪਏਗਾ, ਤੇ ਇਸ ਤਰ੍ਹਾਂ ਦੀ ਚੀਜ਼ ਹੈ। ਇਸ ਕਰਕੇ ਭਾਈ ਬਣੀ ਸਿੰਘ ਜੀ ਦਾ ਜਿਹੜਾ ਚਰਿੱਤਰ ਹੈ ਉਹਦੇ ਨੇੜੇ ਜਾਣਾ ਕੋਈ ਇੰਨੀ ਸੌਖੀ ਗੱਲ ਨਹੀਂ ਹੈ, ਉਹਦੇ ਰਸਤੇ 'ਚ ਬਹੁਤ ਕੁਝ ਹੈ ਤੇ ਉਹ ਚੀਜ਼ਾਂ ਤੁਹਾਡੇ ਅੰਦਰੋਂ ਵੀ ਪੈਦਾ ਹੋ ਸਕਦੀਆਂ ਭਾਈ ਬਣੀ ਸਿੰਘ ਜੀ ਦਾ ਬਿੰਬ। ਇਸ ਕਰਕੇ ਜਿਹੜੇ ਵੱਡੀਆਂ ਰੂਹਾਂ ਹੁੰਦੀਆਂ ਉਹ ਆਪਣੇ ਆਪ ਨੂੰ ਸਿੱਧਾ ਜਿਹਾ ਆਦਰਸ਼ ਨਹੀਂ ਬਣਾਉਂਦੀਆਂ, ਉਹਨਾਂ ਦੇ ਕੋਲ ਜਾਣ ਦੇ ਲਈ ਤੁਹਾਨੂੰ ਬਹੁਤ ਮੰਜ਼ਲਾਂ ਤੈਅ ਕਰਨੀਆਂ ਪੈਂਦੀਆਂ, ਉਹਦੇ 'ਚ ਸੰਸਾਰ ਦੇ ਧੋਖੇ, ਗਿਆਨ ਦੇ ਧੋਖੇ, ਤੁਹਾਡੇ ਆਪਣੇ ਹੀ ਮਨ ਦੇ ਧੋਖੇ ਇਹ ਬਹੁਤ ਜ਼ਿਆਦਾ ਹੁੰਦੇ, ਕਿਉਂਕਿ ਜਿਹੜੇ ਸ਼ੁੱਧ ਰੂਹਾਂ ਹੁੰਦੀਆਂ ਉਹ ਤੁਹਾਨੂੰ ਤੁਹਾਡੀ ਸ਼ੁੱਧ ਆਤਮਾ ਤੱਕ ਮਿਲਾ ਦਿੰਦੀਆਂ। ਇਸ ਕਰਕੇ ਭਾਈ ਮਣੀ ਸਿੰਘ ਵੱਲ ਜਾਣਾ ਤੇ ਇੰਨੇ ਔਖੜੇ ਰਾਹਾਂ ਦੇ ਵਿੱਚੋਂ ਲੰਘ ਕੇ ਜਾਣਾ ਅਸਲ ਦੇ ਵਿੱਚ ਆਪਣੀ ਅੰਦਰਲੇ ਹੀ ਜਰਨੀ ਹੈ, ਆਪਣੀ ਆਤਮਾ ਕੋਲ ਜਾਣਾ ਹੈ। ਇਹ ਉਹਨਾਂ ਦੇ ਚਰਿੱਤਰ ਦਾ ਪਹਿਲਾ ਵੱਡਾ ਜਿਹੜਾ ਲੱਛਣ ਮੇਰੀ ਸਮਝ 'ਚ ਆਉਂਦਾ। ਦੂਜਾ ਜਿਹੜੀ ਗੱਲ ਹੈ ਕਿ ਮਹਾਰਾਜ ਨੇ ਉਹਨਾਂ ਨੂੰ ਉਹਨਾਂ ਦੀ ਚੋਣ ਕੀਤੀ ਮਹਾਰਾਜ, ਕਿਉਂਕਿ ਗੁਰੂ ਦੀ ਨਿਗਾਹ ਜਿਹੜੀ ਆ ਉਹ ਅਗਾਧ ਬੋਧ ਆ, ਉਹ ਕਾਲ ਦੇ, ਸਮਾਜ ਦੇ ਤੇ ਮਨੁੱਖੀ ਮਾਨਸਿਕਤਾ ਤੇ ਗਿਆਨ ਦੇ ਤੇ ਇਤਿਹਾਸ ਦੇ ਵਿੱਚ ਜਿੰਨੇ ਵੱਖਰੇ ਵੱਖਰੇ ਵਰਤਾਰੇ ਵਾਪਰਦੇ ਪਏ ਆ ਉਹਦੀ ਬ੍ਰਹਿਮੰਡੀ ਖੇਡ ਨੂੰ ਇਕੱਠਾ ਹੀ ਵੇਖਦੀ ਪਈ। ਇਸ ਕਰਕੇ ਉਹ ਜਦੋਂ ਉਹਦੇ ਵਿੱਚੋਂ ਚੋਣ ਕੀਤੀ ਉਹਨੂੰ ਦੇਖਦੀ ਹੋਈ ਉਹ ਮਨੁੱਖੀ ਸਧਾਰਨਤਾ ਚ, ਉਹਦਾ ਕਮਾਲ ਇਹ ਆ ਕਿ ਗੁਰੂ ਜੀ ਦੇ ਅਸੰਖਾਂ ਵਰਤਾਰਿਆਂ ਦੇ ਵਿੱਚੋਂ ਚੇਤਨਾ ਦੇ ਹਜ਼ਾਰਾਂ ਕੰਪਲੈਕਸਿਟੀਜ਼ ਦੇ ਵਿੱਚ ਉਹਨੂੰ ਨਜ਼ਰ ਦਿੰਦੀ ਹੋਈ ਵੀ ਇੱਕ ਸਹਿਜ ਦੇ ਵਿੱਚ ਇੱਕ ਮਨੁੱਖੀ ਸੰਜਮ ਚ ਜੀ ਰਹੀ ਹੈ ਤੇ ਉਹਨੂੰ ਉਹਦੇ ਤੇ ਉਹਨੇ ਆਪਣੇ ਆਪ ਦੇ ਉੱਤੇ ਮਨੁੱਖ ਦੀਆਂ ਸੀਮਾਵਾਂ ਧਾਰਨ ਕੀਤੀਆਂ ਹੋਈਆਂ, ਇਹੀ ਇਹਦੇ ਵਿੱਚੋਂ ਪੌਤਕ ਪੈਦਾ ਹੁੰਦਾ। ਗੁਰੂ ਹਿਸਟਰੀ ਦਾ ਫੈਕਟ ਨਹੀਂ ਪੈਦਾ ਕਰਦੇ, ਗੁਰੂ ਪੌਤਕ ਪੈਦਾ ਕਰਦੇ ਆ ਜਿਹਦੇ ਵਿੱਚੋਂ ਹਿਸਟਰੀ ਨਿਵਾਜੀ ਜਾਂਦੀ ਹੈ।
ਇਸ ਕਰਕੇ ਗੁਰੂ ਇਤਿਹਾਸ ਦੇ ਵਿੱਚ ਮੈਣ ਦੀਆਂ ਸੀਮਾਵਾਂ ਦੇ ਨਾਲ ਵਿਚਰਦੇ ਆ, ਪਰ ਅਨੁਭਵੀ ਮੰਡਲਾਂ ਦੇ ਵਿੱਚ ਉਹ ਕਾਇਨਾਤ ਦਾ ਹਰ ਇੱਕ ਰਿਦਮ ਜਿਹੜਾ ਆ ਉਹ ਗੁਰੂ ਦੇ ਵਿੱਚੋਂ ਹੀ ਲੰਘ ਰਿਹਾ ਹੁੰਦਾ, ਗੁਰੂ ਉਹਨੂੰ ਸਹਿਜ ਨਜ਼ਰ ਦੇ ਨਾਲ ਨਵਾਜਿਸ਼ ਕਰਦਾ ਹੈ। ਐਂਡ ਜਦੋਂ ਭਾਈ ਮਨੀ ਸਿੰਘ ਜੀ ਦੀ ਚੋਣ ਹੁੰਦੀ ਆ ਤੇ ਦਮਦਮਾ ਸਾਹਿਬ ਦੇ ਸਥਾਨ ਦੀ ਚੋਣ ਹੁੰਦੀ ਆ, ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਮਹੱਤਵਪੂਰਨ ਆ। ਇਹ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜਾ ਹਰਮਨ ਹੈਸ ਨੇ ਨਾਵਲ ਲਿਖਿਆ ਸਿਧਾਰਥ, ਉਹਦੇ ਵਿੱਚ ਜਿਹੜੇ ਦੋ ਸਟੂਡੈਂਟਸ ਆ ਉਹ ਗੋਬਿੰਦ ਤੇ ਸਿਧਾਰਥ, ਉਹ ਦੋਵੇਂ ਗਿਆਨ ਪ੍ਰਾਪਤ ਕਰਨ ਲਈ ਘਰੋਂ ਨਿਕਲਦੇ ਆ ਤੇ ਉਹ ਪਹਿਲਾਂ ਸ਼੍ਰਮਣਾ ਕੋਲ ਜਾਂਦੇ ਆ, ਹੋਰ ਕਈ ਪਾਸੇ ਜਾਂਦੇ, ਉਹਨਾਂ ਨੂੰ ਲੱਗਦਾ ਇੱਥੇ ਸਾਡੇ ਤਸੱਲੀ ਨੇ, ਉਹ ਬੁੱਧ ਕੋਲ ਚੱਲ ਜਾਂਦੇ ਆ, ਪਰ ਉਹਨਾਂ ਨੇ ਕਦੀ ਬੁੱਧ ਨੂੰ ਦੇਖਿਆ ਨਹੀਂ। ਉਹ ਸਵੇਰ ਸਵੇਰੇ ਸ਼ਹਿਰ ਦੇ ਵਿੱਚ ਵੜਦੇ ਆ, ਦੂਰ ਗਲੀ ਦੇ ਵਿੱਚ ਇੱਕ ਭਿਕਸ਼ੂ ਜਾ ਰਿਹਾ ਤੇ ਸਿਧਾਰਥ ਉਹਨੂੰ ਕਹਿੰਦਾ ਦੇਖ, ਕਹਿੰਦਾ ਇਹੀ ਮਹਾਤਮਾ ਬੁੱਧ ਆ। ਉਹ ਕਹਿੰਦਾ ਤੈਨੂੰ ਕੁਝ ਪਤਾ? ਕਹਿੰਦਾ ਦੇਖ ਇਹਦਾ ਹੱਥ ਕਿੰਜ ਹਿਲਦਾ, ਦੇਖ ਇਹਦਾ ਕਹਿੰਦਾ ਕੁੜਤਾ ਹਵਾ ਚ ਕਿੰਜ ਲਹਿਰਦਾ ਪਿਆ, ਦੇਖ ਇਹਦੇ ਕਦਮ ਕਿੰਜ ਧਰਤੀ ਨੂੰ ਪੁੱਤਰ ਪੁੱਟੇ ਜਾ ਰਿਹਾ। ਇਹ ਡਿਫਰੈਂਟ ਆ। ਇਸ ਕਰਕੇ ਜਿਹੜੀਆਂ ਗੁਰੂ ਦੀਆਂ ਚੀਜ਼ਾਂ ਨਿੱਘੀਆਂ ਨਿੱਘੀਆਂ, ਉਹਨਾਂ ਨੂੰ ਇਕੱਲੇ ਸਿਧਾਂਤ ਨਾਲ ਨਹੀਂ ਪਕੜਿਆ ਜਾਂਦਾ, ਉਹਨਾਂ ਦੇ ਅੰਦਾਜ਼ ਡਿਫਰੈਂਟ ਆ, ਉਹਨਾਂ ਦੀਆਂ ਤੋਰਾਂ ਡਿਫਰੈਂਟ ਆ। ਤੇ ਜਦੋਂ ਗੁਰੂ ਨੂੰ ਧਰਤੀ ਦੇ ਉੱਤੇ ਧਿਆਉਣ ਵਾਲੇ ਲੋਕ ਉਹਦੇ ਕੌਤਕੀ ਵਰਤਾਰੇ ਦੀ ਮਿਸਟਰੀ ਤੋਂ ਬਾਹਰ ਹੋ ਜਾਣ ਤੇ ਉਹਨੂੰ ਸਿੰਪਲ ਗਿਆਨ ਦੀਆਂ ਵਿਧੀਆਂ ਤੇ ਨੈਤਿਕਤਾ ਦੇ ਅਸੂਲਾਂ ਦੇ ਵਿੱਚ ਢਾਲ ਲੈਣ, ਤਾਂ ਹਿਸਟਰੀ ਦੇ ਵਿੱਚ ਉਨੀ ਤਾਜ਼ਗੀ ਨਾਲ ਨਹੀਂ ਉਤਰਿਆ ਜਾਂਦਾ, ਹਿਸਟਰੀ ਨਵਾਚੀ ਨਹੀਂ ਜਾਂਦੀ ਤੇ ਮਨੁੱਖ ਜਿਹੜਾ ਡਾਇਨਮਿਕ ਹਿਸਟਰੀ ਨਹੀਂ ਪੈਦਾ ਕਰਦਾ, ਉਦੋਂ ਲੇਜ਼ੀ ਸਟਰਕਚਰ ਬਣਦੇ ਆ ਤੇ ਜਿਹਨਾਂ ਚੋਂ ਸੁਧਾਰਕ ਮੂਵਮੈਂਟਸ ਚੱਲਦੀਆਂ, ਕਰਤਾਰੀ ਨਿਯਮ ਦੀ ਵਾਇਲੈਂਸ ਨਹੀਂ ਪੈਦਾ ਹੁੰਦੀ ਤੇ ਜਿਹੜੀ ਸੀਕ੍ਰੇਟ ਆਰਥੋਡਾਕਸੀ ਜਿਹੜੀ ਹੈ ਉਹ ਇੱਕ ਖੜੋਤਮਈ ਆਰਥੋਡਾਕਸੀ ਬਣ ਜਾਂਦੀ ਹੈ। ਇਸ ਕਰਕੇ ਗੁਰੂ ਜਿਹੜਾ ਨਿਤ ਨਵਾਂ ਨਹੀਂ ਬਣਦਾ, ਹਿਸਟਰੀ ਦਾ ਪ੍ਰੋਸੈਸ ਨਵਾਜਿਸ਼ ਨਹੀਂ ਆਉਂਦਾ। ਐਂਡ ਗੁਰੂ ਸਾਹਿਬ ਨੇ ਜਦੋਂ ਉਹਨਾਂ ਨੂੰ ਚੁਣਿਆ ਤੇ ਦਮਦਮਾ ਸਾਹਿਬ ਨੂੰ ਚੁਣਿਆ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਰਮਜ਼ੀ ਗੱਲ ਹੈ, ਕਿਉਂਕਿ ਧਰਤੀ ਦੇ ਉੱਤੇ ਜਿਹੜੇ ਜਿਊਸ ਨੇ ਜਿਹੜਾ ਸਟਰਕਚਰ ਦਿੱਤਾ, ਸਕ੍ਰਿਪਚਰ ਦਿੱਤਾ, ਉਹ ਜਿਊ ਦਾ ਸਕ੍ਰਿਪਚਰ ਰੇਸ ਦੀ ਪਿਓਰਿਟੀ ਦੇ ਨੁਕਤੇ ਤੋਂ ਸਕ੍ਰਿਪਚਰ ਬਣਿਆ ਤੇ ਉਹਦੇ 'ਚ ਯਹੋਵਾ ਜਿਹੜਾ ਆ ਉਹ ਰੇਸ਼ੀਅਲ ਗੋਡ ਆ। ਐਂਡ ਜਿਹੜਾ ਇਸਲਾਮ ਨੇ ਅੱਲਾ ਦਿੱਤਾ, ਇਸਲਾਮ ਦੇ ਅੰਦਰ ਟ੍ਰਾਈਬਲ ਸਾਈਕੋਲੋਜੀ ਦੀ ਬੈਕਗ੍ਰਾਉਂਡ ਜਿਹੜੀ ਹੈ ਉਹਦੀ ਵਿਸ਼ਵ ਵਿਆਪਕਤਾ ਬਣਾਈ ਗਈ ਹੈ। ਇਸ ਕਰਕੇ ਉਹ ਸਕ੍ਰਿਪਚਰ ਰੇਸ ਦੇ ਵਿੱਚ ਤਾਂ ਨਹੀਂ ਪਲਟਦਾ, ਪਰ ਉਹਦੇ 'ਚ ਟ੍ਰਾਈਬ ਦੀ ਇਨੋਸੈਂਸ ਜਿਹੜੀ ਆ, ਉਹਦੇ ਪਸਾਰੇ, ਉਹਦੀਆਂ ਮਾਨਸਿਕਤਾ ਦੇ ਜਿਹੜੇ ਪਹਿਲੂ ਆ, ਉਹ ਸਕ੍ਰਿਪਚਰ ਦੀ ਬਣਤਰ ਦੇ ਵਿੱਚ ਸ਼ਾਮਲ ਆ। ਐਂਡ ਜਿਹੜਾ ਗੁਰੂ ਸਾਹਿਬ ਨੇ ਜਿਹੜੇ ਮਾਲਵੇ ਦੇ ਟ੍ਰਾਈਬਸ ਸੀਗੇ ਤੇ ਉਹਨਾਂ ਦੇ ਦੂਜੇ ਪਾਸੇ ਬਠਿੰਡੇ ਦੇ ਪਰਲੇ ਪਾਸੇ ਰਾਜਪੂਤਾਨੇ ਦਾ ਜਿਹੜਾ ਰੇਸ਼ੀਅਲ ਕੰਟੈਕਸਟ ਸੀਗਾ, ਇਹਦੇ ਵਿਚਕਾਰ ਜਿਹੜਾ ਸਕ੍ਰਿਪਚਰ ਉਤਾਰਿਆ। ਇਸ ਕਰਕੇ ਇਹ ਡਿਮੈਂਸ਼ਨ ਨੂੰ ਸਮਝਣਾ ਬਹੁਤ ਜ਼ਰੂਰੀ ਆ ਕਿ ਟ੍ਰਾਈਬ ਜਿਹੜਾ ਆ ਜਦੋਂ ਰੇਸ ਦੀਆਂ ਅਟਰੈਕਸ਼ਨ ਲੈ ਲੈਂਦਾ ਤਾਂ ਉਹ ਧਰਤੀ ਦੇ ਉੱਤੇ ਅਨਾਰਕੀ ਫੈਲਾਉਂਦਾ ਹੈ, ਜਾਂ ਤੇ ਟ੍ਰਾਈਬ ਜਿਹੜਾ ਇਸਲਾਮ ਦੇ ਵਿੱਚ ਕਨਵਰਟ ਹੋ ਕੇ ਵੱਧ ਸਕਦਾ, ਨਹੀਂ ਤੇ ਉਹ ਰੇਸ਼ੀਐਲਿਟੀ ਦੇ ਕੰਪਲੈਕਸ ਦੇ ਵਿੱਚ ਰਹਿ ਜਾਏਗਾ। ਗੁਰੂ ਸਾਹਿਬ ਨੇ ਮਾਲਵੇ ਦੇ ਟ੍ਰਾਈਬਸ ਨੂੰ ਜਦੋਂ ਸ਼ਬਦ ਦਾ ਗਿਫਟ ਦਿੱਤਾ ਤਾਂ ਉਸ ਵੇਲੇ ਉਹਨਾਂ ਨੇ ਉਹਨਾਂ ਨੂੰ ਹਾਇਰ ਸਿਵਿਲਾਈਜੇਸ਼ਨ ਦੇ ਪ੍ਰੋਸੈਸ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਜੜ ਪਵਾ ਦਿੱਤੀ, ਨਹੀਂ ਤੇ ਉਹ ਕੁਰਾਨ ਦੀ ਜਿਹੜੀ ਟ੍ਰਾਈਬਲ ਸਾਈਕੋਲੋਜੀ ਆ ਤੇ ਉਹਦੀ ਜਿਹੜੀ ਨੈਤਿਕਤਾ ਆ ਟ੍ਰਾਈਬ ਨੂੰ ਉਹਦੇ ਵਿੱਚ ਉਲਝਣਾ ਪੈਂਦਾ। ਇਸ ਕਰਕੇ ਜਿਹੜਾ ਟ੍ਰਾਈਬ ਨੂੰ ਸਿਵਿਲਾਈਜੇਸ਼ਨ ਦਾ ਪ੍ਰੋਸੈਸ ਕਿਸ ਤਰ੍ਹਾਂ ਬੋਲੇ, ਹੁਣ ਵੀ ਜਿਹੜਾ ਇਸਲਾਮ ਆ ਉਹ ਜਦੋਂ ਜਹਾਦ ਕਰ ਰਿਹਾ ਅਮੈਰੀਕਾ ਦੇ ਖਿਲਾਫ, ਤਾਂ ਉਸ ਜਹਾਦ ਦੇ ਵਿੱਚ ਜਿਹੜੀ ਆਰਥੋਡਾਕਸੀ ਆ ਟ੍ਰਾਈਬ ਦੀ ਇਨੋਸੈਂਸ ਵਾਲੀ ਆ,
ਪਰ ਉਹਦੇ ਚ ਸਿਵਲਾਈਜੇਸ਼ਨ ਦੇ ਪ੍ਰੋਸੈਸ ਦੀ ਜਿਹੜੀ ਓਪਨਨੈਸ ਆ ਉਹ ਨਹੀਂ ਉਹਦੇ ਵਿੱਚ ਹੈਗੀ। ਇਸ ਕਰਕੇ ਇਹ ਜਹਾਜ਼ ਜਿਹੜਾ ਆ ਭਾਵੇਂ ਕਿ ਅਮਰੀਕਾ ਦੇ ਹੈਜਮਨਿਕ ਪਾਲਿਸੀਜ਼ ਦੇ ਲਈ ਬੜਾ ਵੱਡਾ ਚੈਲੰਜ ਆ ਤੇ ਇਹਦੇ ਨਾਲ ਰਿਲੀਜਨ ਦੁਬਾਰਾ ਰਿਵਾਈਵ ਹੋਏਗਾ, ਪਰ ਇਸਲਾਮ ਜਿਹੜਾ ਓਪਨ ਸੁਸਾਇਟੀ ਦੀਆਂ ਡਾਇਮੈਂਸ਼ਨਸ ਨੂੰ ਆਪਣੇ ਅੰਦਰ ਨਹੀਂ ਰੱਖਦਾ। ਇਸ ਕਰਕੇ ਇਹ ਜਹਾਜ਼ ਫੇਲ ਵੀ ਹੋਏਗਾ ਤੇ ਇਹਦੇ ਵਿੱਚੋਂ ਈਵਲ ਜਿਹੜੀ ਹੈ ਉਹਦੇ ਪਸਾਰੇ ਜਿਹੜੇ ਪਏ ਹੋਏ ਆ। ਪਰ ਗੁਰੂ ਨੇ ਜਦੋਂ ਟ੍ਰਾਈਬਸ ਤੇ ਰੇਸ ਦੇ ਵਿਚਕਾਰ ਇੱਕ ਹਾਇਰ ਸਿਵਿਲਾਈਜੇਸ਼ਨ ਨੂੰ ਪਾਲਣ ਵਾਲਾ, ਇੱਕ ਓਪਨ ਸੋਸਾਇਟੀ ਦਾ ਦੀ ਡਾਇਮੈਂਸ਼ਨ ਰੱਖਣ ਵਾਲਾ ਰੈਗੂਲੇਟਰੀ ਵਰਲਡ ਜਿਹੜਾ ਲਾਹੌਸ ਦਿੱਤਾ, ਭਾਵੇਂ ਗ੍ਰੀਕ ਲਾਹੌਸ ਦੇ ਪੈਰਲਲ ਨਹੀਂ ਕਹਿ ਰਿਹਾ, ਉਹਨੂੰ ਸ਼ਬਦ ਦਿੱਤਾ, ਤਾਂ ਇਹ ਸ਼ਬਦ ਦੇ ਵਿੱਚ ਭਾਈ ਮਨੀ ਸਿੰਘ ਜੀ ਨੂੰ ਚੁਣਿਆ ਗਿਆ। ਇਸ ਕਰਕੇ ਭਾਈ ਮਨੀ ਸਿੰਘ, ਕਿਉਂਕਿ ਟ੍ਰਾਈਬ ਨੂੰ ਵੀ ਸ਼ਹੀਦ ਹੋਣ ਦਾ ਭਰਮ ਹੁੰਦਾ, ਰੇਸ ਨੂੰ ਵੀ ਸ਼ਹੀਦ ਹੋਣ ਦਾ ਭਰਮ ਹੁੰਦਾ ਕਿ ਮੇਰੇ ਕੋਲ ਜ਼ੁਲਾ ਨਹੀਂ। ਇਸ ਕਰਕੇ ਉਸ ਬਾਡੀ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਰੈਵਲੇਸ਼ਨ ਦਾ ਸਾਥ ਦਿੱਤਾ ਗਿਆ, ਜਿਹਨੇ ਅੱਗੇ ਜਾ ਕੇ ਸ਼ਹਾਦਤ ਦੇ ਆਦਰਸ਼ ਨੂੰ ਵੀ ਆਪਣੇ ਅੰਦਰ ਸਮਾ ਲੈਣਾ ਤੇ ਟ੍ਰਾਈਬ ਤੇ ਰੇਸ ਦੀ ਜਿਹੜੀ ਸ਼ਬਦ ਤੋਂ ਬਾਹਰ ਜੀਣ ਦੇ ਪੈਟਰਨ ਪੈਦਾ ਕਰਨ ਦਾ ਜਿਹੜਾ ਆਧਾਰ ਬਣਦਾ ਕਿ ਮੈਂ ਫਾਈਟਰ ਹਾਂ, ਮੈਂ ਯੋਧਾ ਹਾਂ, ਤਾਂ ਮੈਂ ਸ਼ਹੀਦ ਹੋ ਸਕਦਾ, ਉਹ ਆਈਡੀਅਲਸ ਜਿਹੜੇ ਆ ਉਹਨਾਂ ਦੀ ਡਿਵਰਸ਼ਨ ਨੂੰ ਤੋੜ ਦਿੱਤਾ ਗਿਆ ਤੇ ਉਹਨਾਂ ਨੂੰ ਭਾਈ ਮਨੀ ਸਿੰਘ ਜੀ ਦੀ ਬਾਡੀ ਦੇ ਵਿੱਚ ਹੀ ਹਲੂਲ ਕਰ ਦਿੱਤਾ ਗਿਆ। ਤੇ ਉਹ ਜਿਹੜੀਆਂ ਕਲਮਾਂ, ਕਿਉਂਕਿ ਗੁਰੂ ਪੈਨ ਤੋਂ ਬਗੈਰ ਚੱਲਦਾ, ਕਿਉਂਕਿ ਜਿਹੜੀ ਰਾਈਟਿੰਗ ਆ, ਦਰੀਦਾ ਕਹਿੰਦਾ ਰਾਈਟਿੰਗ ਹੈਜਮਾਨਿਕ ਹੋ ਸਕਦੀ ਹੈ, ਰਾਈਟਿੰਗ ਫੋਕ ਕਲਚਰਸ ਨੂੰ ਆਪਣੇ ਅਧੀਨ ਕਰਦੀ ਹੈ। ਮਨੁੱਖ ਕਦੇ ਵੀ ਅੱਗੇ, ਮੈਨੂੰ ਟਾਈਮ ਦੱਸ ਦੇਣਾ, ਮਨੁੱਖ ਕਦੇ ਵੀ ਅਕੈਰੀਆਂ ਲੇਅਰਸ ਦੇ ਨਾਲ, ਅਕੈਰੀਆਂ ਪੋਜੀਸ਼ਨਸ ਦੇ ਨਾਲ ਕੋਸਮੋਸ ਦੇ ਫੈਸਲੇ ਨਹੀਂ ਕਰ ਸਕਦਾ। ਸਾਨੂੰ ਮਲਟੀਪਲ ਡਿਮੈਂਸ਼ਨਸ ਦੇ ਵਿੱਚ ਆਪਣੀ ਕੌਨਸ਼ੀਅਸਨੈਸ ਨੂੰ ਉਤਾਰਨਾ ਪਏਗਾ ਤੇ ਉਹਦੇ ਜਿਹੜੇ ਵੱਖਰੇ ਵੱਖਰੇ ਪੈਰਾਡੋਕਸਿਸ ਆ, ਉਹਦੀਆਂ ਕੰਟਰਡਿਕਸ਼ਨਸ ਆ, ਉਹਦੇ 'ਚ ਕਈ ਜ਼ਹਿਰ ਪੀਣੇ ਪੈਂਦੇ ਆ, ਉਹ ਇਕੱਠੇ ਹੀ ਚੱਲਦੇ ਆ, ਅੰਮ੍ਰਿਤ ਤੇ ਜ਼ਹਿਰ ਇਕੱਠੇ ਹੀ ਚੱਲਦੇ। ਤੇ ਜਿਹੜੀ ਬਾਡੀ ਨੇ ਅੰਮ੍ਰਿਤ ਪੈਦਾ ਕਰਨਾ ਹੈ ਉਹਨੇ ਜ਼ਹਿਰ ਧਾਰਨ ਕਰਨਾ ਹੈ ਅੰਦਰ, ਉਹਨੂੰ ਜ਼ਬਤ ਦੇ ਵਿੱਚ ਰੱਖਣਾ ਹੈ, ਨਹੀਂ ਤੇ ਮਰਿਆਦਾ ਨਹੀਂ ਬਣ ਸਕਦੀ। ਮਰਿਆਦਾ ਵਾਲੀ ਬਾਡੀ ਦਾ ਮਤਲਬ ਆ ਕਿ ਉਹ ਧਰਤੀ ਦੀ ਈਵਲ ਦਾ ਜ਼ਹਿਰ ਆਪਣੇ ਅੰਦਰ ਧਾਰਨ ਕਰਦੀ ਹੈ ਤੇ ਸ਼ਹੀਦ ਨੇ ਇਹ ਜ਼ਹਿਰ ਧਾਰਨ ਕਰਕੇ ਆਪਣੀ ਬਾਡੀ ਨੂੰ ਅੰਮ੍ਰਿਤ ਨਾਲ ਨਵਾਜਿਆ ਹੁੰਦਾ ਤੇ ਕਾਲ ਨੂੰ ਅੰਮ੍ਰਿਤ ਦਿੰਦਾ। ਨਹੀਂ ਤੇ ਧਰਤੀ ਦੀਆਂ ਡੁਆਲਿਟੀਜ਼ ਦੇ ਵਿੱਚ ਇੱਕ ਪੋਜੀਸ਼ਨ ਨਹੀਂ ਹੈ। ਅਸੀਂ ਆਪਣੇ ਸ਼ਹੀਦਾਂ ਨੂੰ, ਕਿਉਂਕਿ ਸੋਸ਼ਲ ਤੇ ਹਿਸਟੋਰੀਕਲ ਪਰਸਪੈਕਟਿਵ ਤੋਂ ਦੇਖਦੇ ਹਾਂ, ਤਾਂ ਅਸੀਂ ਉਹਨਾਂ ਨੂੰ ਇੱਕ ਪੋਜੀਸ਼ਨ ਦੇ ਦਿੰਦੇ ਹਾਂ, ਉਹ ਡੁਆਲਿਟੀ ਦੇ ਵਿੱਚ ਨਹੀਂ ਹਨ। ਇਸੇ ਕਰਕੇ ਜਿਹੜੀ ਹੀਗਲੀਅਨ ਜਿਹੜੀ ਡਾਇਲੈਕਟਿਕਸ ਆ ਜਾਂ ਮਾਰਕਸੀਅਨ ਡਾਇਲੈਕਟਿਕਸ ਆ, ਉਹ ਸਿੱਖ ਸ਼ਹੀਦਾਂ ਤੇ ਲਾਗੂ ਨਹੀਂ ਹੁੰਦੀ। ਉਹ ਹਿਸਟਰੀ ਦੇ ਪ੍ਰੋਸੈਸ ਦੇ ਵਿੱਚ ਇੱਕ ਪੋਜੀਸ਼ਨ ਨਹੀਂ ਹਨ, ਉਹ ਭਾਈ ਘਰੇਆ ਹਨ ਜਿਨ੍ਹਾਂ ਨੂੰ ਦੂਜੀ ਜਗ ਦੇ ਵਿੱਚ ਵੀ ਗੁਰੂ ਦਿਸਦਾ ਹੈ। ਤੇ ਇਹ ਤੇ ਸਿੱਖਾਂ ਦਾ ਜਿਹੜਾ ਮਲਟੀ ਡਾਇਮੈਂਸ਼ਨਲ ਤੇ ਪਲੂਰਲਿਸਟਿਕ ਸੋਸਾਇਟੀ ਤੇ ਪਲੂਰਲਿਸਟਿਕ ਪਾਲਿਟੀ ਦਾ ਜਿਹੜਾ ਸਿਧਾਂਤ ਵਿਧਾਨ ਹੈ ਉਹ ਵੀ ਇਸ ਗੱਲ 'ਚ ਹੈ ਕਿ ਜਿਹੜੀਆਂ ਦੂਜੀਆਂ ਐਪਿਸਟੇਮੋਲੋਜੀਕਲ ਪੋਜੀਸ਼ਨਸ ਹਨ, ਗਿਆਨ ਦੀਆਂ ਦੂਜੀਆਂ ਪੋਜੀਸ਼ਨਸ ਹਨ, ਅਧਿਆਤਮ ਦੀਆਂ ਦੂਜੀਆਂ ਪੋਜੀਸ਼ਨਸ ਹਨ, ਉਹ ਵੀ ਗੁਰੂ ਦੇ ਵਿੱਚ ਹੀ ਹਨ। ਇਸ ਕਰਕੇ ਗੁਰੂ ਦੋ ਕਟੋਰਿਆਂ ਦੇ ਹੱਥ ਰੱਖਦਾ ਕਿ ਦੋਵੇਂ ਪਰੰਪਰਾਵਾਂ ਸਾਡੀਆਂ ਹਨ। ਤੇ ਖਾਲਸਾ ਹਿੰਦੂ ਤੁਰਕ ਕੀ ਕਾਂਡ ਮੇਟੇ ਹਿਸਟਰੀ ਦੇ ਵਿੱਚ ਇਹ ਆਦਰਸ਼ ਪੈਦਾ ਹੁੰਦਾ ਹੈ, ਇਹ ਬੈਲੈਂਸ ਦਿੰਦਾ ਹੈ। ਇਸ ਕਰਕੇ ਗੁਰੂ ਜਿਹੜਾ ਆ ਉਹ ਵੀ ਡੁਐਲਿਟੀ ਦੇ ਵਿੱਚ ਨਹੀਂ ਆਉਂਦਾ, ਉਹ ਡੁਐਲਿਟੀ ਨਹੀਂ ਤੇ ਗੁਰੂ ਸਾਹਿਬ ਆਪ ਦਸਮ ਗ੍ਰੰਥ ਐਡਿਟ ਕਰ ਦਿੰਦੇ। ਇਹਦੇ ਤੋਂ ਮੁਕਤ ਵੀ ਕਰਾਇਆ ਗਿਆ, ਗੁਰੂ ਅਰਜਨ ਸਾਹਿਬ ਨੇ ਕਰ ਦਿੱਤਾ, ਪਰ ਕਿਉਂਕਿ ਜੇ ਉਹ ਬੁੱਕ ਬਣ ਜਾਵੇ ਤਾਂ ਉਹ ਗੁਰੂ ਨਹੀਂ ਬਣ ਸਕਦੀ, ਉਹ ਸੇਕਰਡ ਬੁੱਕ ਰਹਿ ਜਾਏਗੀ। ਜੇ ਗੁਰੂ ਅਰਜਨ ਸਾਹਿਬ ਨੇ ਐਡਿਟ ਕੀਤੀ ਹੋਵੇ, ਐਡਿਟ ਲਫ਼ਜ਼ ਗੁਰੂ ਤੇ ਲਾਗੂ ਨਹੀਂ ਹੁੰਦਾ। ਇਸ ਕਰਕੇ
ਗੁਰੂ ਨੇ ਉਹਨੂੰ ਦੁਬਾਰਾ ਰਿਵੀਲ ਕੀਤਾ ਸਾਰੇ ਨੂੰ। ਤੇ ਇਹਦੇ ਵਿੱਚ ਜਿਹੜਾ ਟਾਈਮ ਹੁੰਦਾ ਤੇ ਰੇਸ ਹੁੰਦਾ, ਇਹ ਕਦੀ ਵੀ ਰਾਜਪੂਤ ਕਹਿੰਦੇ ਗੁਰੂ ਸਾਹਿਬ ਨੂੰ ਵੀ ਸਾਰੇ ਛੋਟੀਆਂ ਜਾਤਾਂ ਕੱਢੋ, ਅਸੀਂ ਅੰਮ੍ਰਿਤ ਛਕਦੇ ਹਾਂ। ਜਦੋਂ ਮਾਲਵੇ ਦੇ ਵਿੱਚ ਤੇ ਰਾਜਪੂਤਾਨੇ ਦੇ ਵਿੱਚ ਦੁਬਾਰਾ ਰੈਗੂਲੇਸ਼ਨ ਹੋਈ, ਉਦੋਂ ਭਗਤ ਬਾਣੀ ਵੀ ਨਾਲ ਹੀ ਆਈ ਤੇ ਉੱਥੇ ਇਹ ਜ਼ਾਹਰ ਕੀਤਾ ਗਿਆ ਕਿ ਜਿਹੜੇ ਟਰਾਈਬਲ ਤੇ ਰੇਸ਼ੀਅਲ ਕੰਟੈਕਸਟ ਆ ਉਹ ਭਗਤ ਬਾਣੀ ਨੂੰ ਅਲਹਿਦਾ ਨਾ ਕਰ ਸਕਣ। ਭਗਤ ਬਾਣੀ ਵੀ ਰੈਗੂਲੇਸ਼ਨ ਦਾ ਪਾਰਟ ਆ। ਇਹ ਮਾਲਵੇ ਦੇ ਦਮਦਮਾ ਸਾਹਿਬ ਦੇ ਵਿੱਚ ਇਹ ਸੱਚ ਪੈਦਾ ਹੋਇਆ। ਇਸ ਕਰਕੇ ਤੁਸੀਂ ਦੇਖੋ ਮਸੌੜੀਆਂ ਨੇ ਕਿਹਾ ਕਿ ਭਗਤ ਬਾਣੀ ਬਾਹਰ ਕੱਢੋ, ਅਜੇ ਵੀ ਆ ਕਈ ਬੰਦੇ ਲੱਗੇ ਆ ਕਿ ਭਗਤ ਬਾਣੀ ਦੇ ਵਿੱਚ ਇਨਫੀਰੀਅਰਿਟੀ ਕੰਪਲੈਕਸ ਹੈ, ਭਗਤ ਬਾਣੀ ਐ ਕਰਦੀ। ਉਹਨਾਂ ਦੀ ਕੋਸ਼ਿਸ਼ ਹੈ ਕਿ ਭਗਤ ਬਾਣੀ ਬਾਹਰ ਕੱਢੀਏ, ਕਿਉਂਕਿ ਟ੍ਰਾਈਬ ਤੇ ਰੇਸ ਜਿਹੜਾ ਆ ਇਹ ਫੀਅਰ ਕਰਕੇ ਓਪਨ ਸੋਸਾਇਟੀ ਦੇ ਡਾਇਲੋਗ ਤੋਂ ਭੱਜਦਾ, ਇਸ ਕਰਕੇ ਆਪਣੇ ਆਪ ਦੀ ਪੋਜੀਸ਼ਨ ਨੂੰ ਇਹ ਸੁਗੇੜ ਕੇ ਸਟਰੋਂਗ ਕਰਦਾ। ਤੇ ਪੰਜਾਬ ਦੇ ਸਿੱਖਾਂ ਨੂੰ ਕਿਉਂਕਿ ਹਾਈਜੈਕ ਕੀਤਾ ਹੋਇਆ, ਸਿੱਖੀ ਨੂੰ ਪੰਜਾਬ ਲਗਾਤਾਰ ਸੁੰਗੜਿਆ, ਪਹਿਲਾਂ ਪਾਰਟੀਸ਼ਨ 'ਚ ਸੁੰਗੜਿਆ, ਫਿਰ 66 'ਚ ਸੁੰਗੜਿਆ, ਫਿਰ ਸੁੰਗੜਦਾ ਜਾ ਰਿਹਾ, ਕਿਉਂਕਿ ਇਹ ਆਪਣੇ ਆਪ ਨੂੰ ਸੁਗੇੜ ਕੇ ਆਪਣੇ ਆਪ ਨੂੰ ਬਚਾ ਕੇ ਫਿਰ ਇਹ ਦਲੇਰ ਬਣਾਉਂਦੇ, ਕਿਲੇ ਦੀ ਕੰਧ ਸਟਰੋਂਗ ਕਰਕੇ ਉਹਦੇ 'ਚ ਰਹਿੰਦੇ, ਫਿਰ ਮਾਰਸ਼ੈਲਿਟੀ ਦਿਖਾਉਂਦੇ ਆ। ਇਹਨਾਂ ਕੋਲ ਓਪਨ ਸੋਸਾਇਟੀ ਦੇ ਚੈਲੰਜ ਦੇ ਵਿੱਚ ਮਾਰਸ਼ੈਲਿਟੀ ਦਿਖਾਉਣ ਦੀ ਤਾਕਤ ਨਹੀਂ ਹੈ। ਇਸ ਕਰਕੇ ਗੁਰੂ ਸਾਹਿਬ ਨੇ ਆਪਣੇ ਹੱਥ ਨਾਲ ਗੁਰੂ ਗ੍ਰੰਥ ਨਹੀਂ ਲਿਖਣਾ, ਕਿਉਂਕਿ ਉਹ ਇੱਕ ਪੋਜੀਸ਼ਨ ਦਾ ਗ੍ਰੰਥ ਬਣ ਜਾਏਗਾ, ਉਹ ਰੈਵੀਲੇਸ਼ਨ ਨਹੀਂ ਰਹੇਗੀ। ਮੁਹੰਮਦ ਨੇ ਵੀ ਰੈਵੀਲੇਸ਼ਨ ਆਪਣੇ ਹੱਥ ਨਾਲ ਨਹੀਂ ਲਿਖੀ, ਮੁਹੰਮਦ ਉਹ ਵੀ ਸੀਗੇ। ਇਸ ਕਰਕੇ ਗੁਰੂ ਦੀਆਂ ਬਾਣੀ ਲਿਖਣ ਵਾਲੀਆਂ ਕਲਮਾਂ ਨਹੀਂ ਲੱਭਦੀਆਂ ਪੰਜਾਬ 'ਚ, ਬਾਣੀ ਜਿਹਦੇ ਨਾਲ ਲਿਖੀ ਗਈ ਹੋਵੇ। ਤੇ ਜਦੋਂ ਭਾਈ ਮਨੀ ਸਿੰਘ ਜੀ ਕੋਲ ਬਾਣੀ ਲਿਖਾਈ ਗਈ ਤੇ ਗੁਰੂ ਸਾਹਿਬ ਨੇ ਸਾਰੀਆਂ ਕਲਮਾਂ ਜਿਹੜੀਆਂ ਕਿਹਾ ਕਿ ਲਿਖਣ ਸਰ ਸਰੋਵਰ ਦੇ ਵਿੱਚ ਡੁੱਬ ਦਿਓ, ਕਲਮ ਨਹੀਂ ਰਹਿਣੀ ਚਾਹੀਦੀ, ਕਿਉਂਕਿ ਗੁਰੂ ਦੀ ਬਾਣੀ ਲਿਖਤ ਨਹੀਂ ਹੈ, ਰੈਵੀਲੇਸ਼ਨ ਹੈ। ਰੈਵੀਲੇਸ਼ਨ ਦਾ ਮਤਲਬ ਕਿ ਜੇ ਉਹ ਲਿਖਤ ਬਣ ਜਾਵੇ ਗੁਰੂ ਦੁਆਰਾ ਤਾਂ ਇੱਕ ਬੁੱਕ ਸੇਕਰਡ ਬਣ ਜਾਏਗੀ, ਗੁਰੂ ਦੁਆਰਾ ਲਿਖੀ ਬੁੱਕ ਸੇਕਰਡ ਬਣਦੀ ਹੈ ਤੇ ਉਹਦੀ ਯੂਨੀਵਰਸੈਲਿਟੀ ਨਹੀਂ ਰਹਿੰਦੀ ਸ਼ਬਦ ਦੀ, ਕਿਉਂਕਿ ਸ਼ਬਦ ਇਕੱਲਾ ਲਿਖਤ ਨਹੀਂ ਹੈ, ਉਹ ਕੋਸਮੋਸ ਦੇ ਵਿੱਚ ਵਿਆਪਿਆ ਹੋਇਆ ਜਿਹਨੂੰ ਗੁਰੂ ਨੇ ਸਾਡੀ ਨੇੜਤਾ ਦੇ ਵਿੱਚ ਲੈ ਆਉਂਦਾ, ਜਿਵੇਂ ਗੁਰੂ ਦੇਹ ਰੂਪ 'ਚ ਸਾਡੀ ਨੇੜਤਾ 'ਚ ਆਇਆ ਪਰ ਗੁਰੂ ਜੋਤ ਰੂਪ ਹੈ, ਇਸ ਤਰ੍ਹਾਂ ਦੀ ਚੀਜ਼ ਕੋਈ ਇਹਦੇ ਵਿੱਚ ਪਈ ਹੈ। ਇਸ ਕਰਕੇ ਜਿਹੜੀਆਂ ਭਾਈ ਮਨੀ ਸਿੰਘ ਜੀ ਦਾ ਚੁਣੇ ਜਾਣਾ ਬੇਸਿਕਲੀ ਟ੍ਰਾਈਬਲ ਤੇ ਰੇਸ਼ੀਅਲ ਜਿਹੜੀਆਂ ਧਰਤੀ ਦੀਆਂ ਡਿਮੈਂਸ਼ਨਸ ਆ ਉਹਨਾਂ ਦੀ ਮਾਨਸਿਕਤਾ ਨੂੰ ਸ਼ਬਦ ਦਾ ਬੈਲੈਂਸ ਦਿੱਤਾ ਗਿਆ। ਤੇ ਇਹੀ ਜਿਵੇਂ ਐਚ ਜੀ ਵੈਲਸ ਆਪਣੀ ਆਊਟਲਾਈਨ ਆਫ ਵਰਲਡ ਹਿਸਟਰੀ ਦੇ ਵਿੱਚ ਜਿਹੜਾ ਥੀਸਿਸ ਦਿੰਦਾ, ਉਹਦਾ ਥੀਸਿਸ ਹੈ ਕਿ ਵਰਲਡ ਦੀ ਹਿਸਟਰੀ ਕਿਸ ਤਰ੍ਹਾਂ ਮਾਰਚ ਕਰਦੀ ਹੈ। ਉਹ ਕਹਿੰਦਾ ਕਿ ਧਰਤੀ ਦੇ ਉੱਤੇ ਸਿਵਲਾਈਜੇਸ਼ਨ ਦੇ ਪ੍ਰੋਸੈਸ ਚੱਲਦੇ ਆ ਵੱਖਰੇ ਵੱਖਰੇ, ਤੇ ਸਿਵਲਾਈਜੇਸ਼ਨ ਮਨੁੱਖਾਂ ਨੂੰ ਕਮਜ਼ੋਰ ਕਰਕੇ ਤਰੱਕੀ ਦਿੰਦੀ ਹੈ, ਪਰ ਨਵੈਡਸ ਉੱਠਦੇ ਆ ਵੱਖਰੇ ਵੱਖਰੇ ਤੇ ਉਸ ਸਿਵਲਾਈਜੇਸ਼ਨ ਨੂੰ ਤੋੜ ਕੇ ਫਿਰ ਨਵੀਂ ਸਿਵਲਾਈਜੇਸ਼ਨ ਦਾ ਪ੍ਰੋਸੈਸ ਚਲਾਉਂਦੇ ਆ, ਤੇ ਨਵੈਡਸ ਸਿਵਲਾਈਜੇਸ਼ਨ ਨੂੰ ਤੋੜੀ ਜਾਂਦੇ ਆ। ਤੁਸੀਂ ਦੇਖੋ ਚੰਗੇਜ਼ ਨੇ ਇਸਲਾਮ ਨੂੰ ਤਬਾਹ ਕਰ ਦਿੱਤਾ, ਨਵੈਡਸ ਉੱਠਦੇ, ਇੱਥੋਂ ਦੀ ਜਿਹੜੀ ਹੜੱਪਾ ਵੈਲੀ ਦੀ ਜਿਹੜੀ ਸਿਵਲਾਈਜੇਸ਼ਨ ਸੀ ਉਹਨਾਂ ਨੂੰ ਆਰੀਅਨ ਨੇ ਤਬਾਹ ਕਰ ਦਿੱਤਾ, ਨਵੈਡਸ ਉੱਠਦੇ ਆ, ਹੁਣ ਵੀ ਨਵੈਡਸ ਉੱਠ ਰਹੇ ਆ, ਇਹ ਉਹਦੀ ਹਿਸਟਰੀ ਹੈ। ਇਸ ਕਰਕੇ ਗੁਰੂ ਨੇ ਹਿਸਟਰੀ ਦੇ ਇਸ ਪ੍ਰੋਸੈਸ ਦੇ ਵਿੱਚ ਕਿ ਸਿਵਲਾਈਜੇਸ਼ਨ ਤੇ ਨਵੈਡ ਇਹਨਾਂ ਦਾ ਟਕਰਾਅ ਆ, ਇਹਨਾਂ ਦੀ ਸਪਿਰਿਟ ਦੇ ਉੱਤੇ ਸ਼ਬਦ ਦਾ ਆਈਡੀਅਲ ਭਾਈ ਮਨੀ ਸਿੰਘ ਜੀ ਦੇ ਰਾਹੀਂ ਖੜਾ ਕੀਤਾ। ਇਸ ਕਰਕੇ ਭਾਈ ਮਨੀ ਸਿੰਘ ਨੂੰ ਤੁਸੀਂ ਸਿਰਫ ਇੱਕ ਸ਼ਖਸੀਅਤ ਵਾਂਗੂ ਨਹੀਂ ਦੇਖ ਸਕਦੇ, ਭਾਈ ਮਨੀ ਸਿੰਘ
ਇੱਕ ਕੌਸਮਿਕ ਵਰਤਾਰਾ ਜਿਹੜਾ ਡਿਵਾਈਡ ਤੇ ਰੇਸ ਦੇ ਵਿਚਕਾਰ ਚੱਲਦਾ ਤੇ ਸਿਵਲਾਈਜੇਸ਼ਨ ਦੇ ਵਿੱਚ ਵਾਇਲੈਂਸ ਹੁੰਦੀ ਹੈ। ਹੁਣ ਵੀ ਜਿਹੜੀ ਅਮਰੀਕਾ ਦੇ ਜਿਹੜੇ ਅਫਗਾਨੀ ਨੋਮੈਡਸ ਦੀ ਜਿਹੜੀ ਲੜਾਈ ਹੋ ਰਹੀ ਆ ਉਹਦੇ ਵਿੱਚ ਵੀ ਇਹ ਵਰਤਾਰੇ ਵਾਪਰਦੇ ਪਏ ਆ। ਪੰਜਾਬ ਦੇ ਵਿੱਚ ਵੀ ਰੇਸ਼ੀਅਲਿਜ਼ਮ ਤੇ ਜਿਹੜੇ ਰੇਸ ਦੇ ਨਾਂ ਤੇ ਵੱਖਰੇ ਵੱਖਰੇ ਗਰੁੱਪਸ ਬਣ ਰਹੇ ਆ, ਇਹ ਵੀ ਉਹੀ ਵਰਤਾਰਾ ਕਿ ਨੋਮੈਡਸ ਇਕੱਠੇ ਹੋ ਰਹੇ ਨੇ ਤੇ ਇਹ ਸ਼ਬਦ ਗੁਰੂ ਨੂੰ ਖਾਣਗੇ, ਸਿਵਲਾਈਜੇਸ਼ਨ ਨੂੰ ਖਾਣਗੇ। ਪਰ ਗੁਰੂ ਜਿਹੜਾ ਆ ਉਹਨੇ ਭਾਈ ਮਣੀ ਸਿੰਘ ਦੇ ਰਾਹੀਂ ਉਹ ਬਿੰਬ ਸਾਨੂੰ ਬਖਸ਼ਿਸ਼ ਕਰ ਦਿੱਤੀ ਕਿ ਉਹ ਇਸ ਜਿਹੜੀ ਜਿਹੜੀ ਟਕਰਾਅ ਆ ਇਹਦੇ ਤੇ ਸ਼ਬਦ ਜੇਤੂ ਰੂਪ ਦੇ ਵਿੱਚ ਜਿਹੜਾ ਉਹ ਖੜਾ ਰਵੇ। ਤੇ ਇੱਕ ਹੋਰ ਮੈਂ ਜਿਹੜਾ ਪੁਆਇੰਟ ਦੱਸਣਾ ਚਾਹੁੰਦਾ ਕਿ ਉਹਦੀਆਂ ਕਲਮਾਂ ਆ ਭਾਈ ਗੁਰੂ ਸਾਹਿਬ ਦੀਆਂ ਦਸਮ ਗ੍ਰੰਥ ਦੀਆਂ ਕਲਮਾਂ ਜਿਹੜੀਆਂ ਦੋ ਮਿਲਦੀਆਂ, ਕਿਉਂਕਿ ਉੱਥੇ ਗੁਰੂ ਸਾਹਿਬ ਨੇ ਆਪਾਂ ਨੂੰ ਮਹੱਲਾ ਦਸਵਾਂ ਨਹੀਂ ਲਿਖਿਆ, ਉੱਥੇ ਉਹਨਾਂ ਨੂੰ ਕਵੀਓ ਬਾਚ ਲਿਖਿਆ। ਉੱਥੇ ਗੁਰੂ ਜੋਤ ਰੂਪ ਦਾ ਕਰਤਾਰੀ ਨਿਯਮ ਦੇ ਰੂਪ ਦੀ ਨੇੜਤਾ ਚ ਲਿਆ ਕੇ ਕਵੀ ਰੂਪ ਦੇ ਵਿੱਚ ਪੇਸ਼ ਹੋ ਰਿਹਾ। ਉੱਥੇ ਉਹ ਸਿੰਪਲ ਪੋਇਟਰੀ ਨਹੀਂ, ਉਹਦੀ ਕੌਤਕ ਦੀ ਇੱਕ ਰਮਜ ਬੜੀ ਗਾਢੀ ਆ ਦਸਮ ਗ੍ਰੰਥ, ਤੇ ਦਸਮ ਗ੍ਰੰਥ ਧਰਤੀ ਦੀ ਡਾਰਕਨੈਸ ਨੂੰ ਆਪਣੇ ਤੇ ਸਹਿੰਦਾ ਤੇ ਉਹ ਈਵਾਂ ਦੀਆਂ ਡਾਇਮੈਂਸ਼ਨਸ ਦੇ ਵਿੱਚ ਉਤਰ ਕੇ ਲਿਖਿਆ ਗਿਆ ਗ੍ਰੰਥ ਆ, ਤਾਂ ਕਿ ਉਹਨੂੰ ਅੰਦਰੋਂ ਕੰਟਰੋਲ ਕੀਤਾ ਜਾਵੇ ਜਿਵੇਂ ਗੁਰੂ ਮਨੁੱਖ ਹੋ ਕੇ ਧਰਤੀ ਤੇ ਰਹਿੰਦਾ ਹੈ। ਐਂਡ ਜਿਹੜੀ ਕ੍ਰੀਏਟਿਵ ਇਮੈਜੀਨੇਸ਼ਨ ਆ ਉਹ ਈਵਲ ਦੇ ਅਸਥੈਟਿਕ ਪੈਟਰਨ ਬਣਾਉਂਦੀ ਆ, ਇਸੇ ਕਰਕੇ ਸਾਰੀ ਅਸਥੈਟਿਕਸ ਜਿਹੜੀ ਆ ਉਹਦਾ ਬੇਸ ਜਿਹੜਾ ਉਹ ਕਾਮ ਹੀ ਹੁੰਦਾ ਆ। ਪਰ ਦਸਮ ਗ੍ਰੰਥ ਕਾਮ ਦੀ ਪਰਵਰਟਡ ਡਾਇਮੈਂਸ਼ਨ ਜਿਹੜੀ ਆ ਉਹਦੇ ਵਿੱਚ ਐਂਟਰ ਕਰਨ ਦੀ ਤਾਕਤ ਰੱਖਦਾ ਹੈ। ਇਸੇ ਕਰਕੇ ਗੁਰੂ ਸਾਹਿਬ ਨੇ ਜਦੋਂ ਕਵੀਆਂ ਨੂੰ ਜਮਣਾ ਦੇ ਕੰਢੇ ਪਾਇਆ ਤੇ ਕਵੀ ਕਹਿੰਦੇ ਸਾਨੂੰ ਜਮਣਾ ਡਿਸਟਰਬ ਕਰਦੀ ਹੈ ਇਹਦੀ ਆਵਾਜ਼, ਪੋਇਟ ਨੂੰ ਵੀ ਕਦੀ ਦਰਿਆ ਡਿਸਟਰਬ ਕਰਦਾ, ਉਹ ਕੀ ਡਿਸਟਰਬੈਂਸ ਆ? ਉਹ ਡਿਸਟਰਬੈਂਸ ਲਫ਼ਜ਼ ਦੇ ਵਿੱਚ ਵੜੋ, ਉਹ ਲਫ਼ਜ਼ ਇਹ ਆ ਉਹਦੀ ਰਿਲਾਈਜੇਸ਼ਨ ਇਹ ਆ ਕਿ ਗੁਰੂ ਉਹਦੇ ਅਸਥੈਟਿਕ ਬਿੰਬ ਨਹੀਂ ਬਣਾਉਣ ਦੇਣਾ ਚਾਹੁੰਦਾ, ਉਹਦੀ ਨਿਰੋਲੋਜੀ ਉਹਦੀ ਸਾਈਕੋਲੋਜੀ ਤੇ ਕੋਸਮੋਸ ਦੀ ਜਿਹੜੀ ਡਾਰਕ ਡੈਕਸ ਦੀ ਡਿਮੈਂਸ਼ਨ ਆ ਉਹਦੀ ਸ਼ੁੱਧਤਾ ਦਾ ਮੂੰਹ ਦਿਖਾਉਣਾ ਚਾਹੁੰਦਾ ਕਵੀਆਂ ਨੂੰ। ਜਮਣਾ ਦਾ ਅਸਥੈਟਿਕ ਪੈਟਰਨ ਉਹਨੂੰ ਸੋਝਮਈ ਬਣਾਉਂਦਾ, ਉੱਧਰ ਜਾਣ ਨਹੀਂ ਦਿੰਦਾ, ਕਵੀ ਡਿਸਟਰਬ ਹੁੰਦਾ, ਉਹਨੂੰ ਜਮਣਾ ਖਿੱਚਦੀ ਆ ਅਸਥੈਟਿਕਸ ਵੱਲ, ਜਮਣਾ ਅਸਥੈਟਿਕਸ ਆ। ਉਹ ਗੰਦਗੀ ਦੇ ਜਿਹੜੇ ਰੂਪ ਆ ਮਨੁੱਖੀ ਚੇਤਨਾ ਚ ਪਏ ਹੋਏ ਤੇ ਮੈਲ ਦੇ ਨਾਲ ਵੀ ਸ੍ਰਿਸ਼ਟੀ ਪੜਦੀ ਹੈ। ਤੁਸੀਂ ਵਿਸ਼ਨੂੰ ਦੀ ਮਿੱਥ ਦੇਖੋ, ਉਹਦੇ ਕੰਨਾਂ ਚੋਂ ਮੈਲ ਨਿਕਲੀ, ਉਹਦੇ ਚੋਂ ਦੋ ਦੈਨ ਬਣੇ, ਉਹਨਾਂ ਨੂੰ ਮਾਰਿਆ ਗਿਆ, ਉਹਨਾਂ ਦੀ ਮਿੱਝ ਖਿਲਰ ਗਈ, ਉਹਦੇ ਚੋਂ ਮੇਦਨੀ ਬਣੀ। ਇਹਦੇ ਵਿੱਚ ਵੀ ਇਸ਼ਾਰਾ ਕਿ ਸ੍ਰਿਸ਼ਟੀ ਦੇ ਵਿੱਚ ਮੈਲ ਦਾ ਕ੍ਰੀਏਟਿਵ ਤੱਤ ਆ ਤੇ ਦਸਮ ਗ੍ਰੰਥ ਸ੍ਰਿਸ਼ਟੀ ਦੇ ਵਿੱਚ ਪਈ ਮੈਲ ਦੀ ਕ੍ਰੀਏਟਿਵਿਟੀ ਨੂੰ ਉਹਦੀ ਸ਼ੁੱਧਤਾ ਦੇ ਵਿੱਚ ਜਾ ਕੇ ਪਕੜਦਾ, ਮੈਲ ਨੂੰ ਉਹਦੀ ਸ਼ੁੱਧਤਾ 'ਚ ਪਕੜਦਾ ਤੇ ਉਹਦੇ ਵਿੱਚੋਂ ਦੀ ਇੱਕ ਸ਼ਬਦ ਦੀ ਜਾਗੀ ਹੋਈ ਵਾਇਰਸ ਪੈਦਾ ਕਰਕੇ ਉਸ ਮੈਲ ਨੂੰ ਜਿੱਤ ਲੈਂਦਾ ਤੇ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਦੇ ਵਿੱਚ ਭਾ ਦਿੰਦਾ। ਦਸਮ ਗ੍ਰੰਥ ਦਾ ਮਤਲਬ ਧਰਤੀ ਦੀ ਮੈਲ ਦੀ ਕਾਸਮਿਕ ਡਾਇਮੈਂਸ਼ਨ, ਉਹਦੇ ਵਿੱਚੋਂ ਦੀ ਵਾਇਰਸ ਪੈਦਾ ਹੁੰਦੀ ਹੈ ਤੇ ਵਾਇਰਸ ਜਿਹੜੀ ਹੈ ਇਹ ਐਂਗੁਇਸ਼ ਦਾ ਇਹਦੇ ਨਾਲ ਰਿਲੇਸ਼ਨ ਆ ਧਰਤੀ ਦੀ ਜਿਹੜੀ ਵਾਇਲੈਂਸ ਆ। ਪਰ ਜਿਹੜੀ ਸ਼ਬਦ ਦੀ ਵਾਇਲੈਂਸ ਆ ਉਹ ਐਂਗੁਇਸ਼ ਨੂੰ ਕਿਸ ਤਰ੍ਹਾਂ ਪਾਲਦੀ ਹੈ, ਇਸ ਕਰਕੇ ਦਸਮ ਗ੍ਰੰਥ ਤੇ ਗੁਰੂ ਗ੍ਰੰਥ ਇਹਨਾਂ ਦੀ ਨਵਾਜਿਸ਼ ਤੇ ਜਿਹੜੇ ਤਣਾਅ ਆ ਇਹਨਾਂ ਦੀ ਐਨਰਜੀ ਦੇ ਇਹਦੇ ਵਿਚਕਾਰ ਹਿਸਟਰੀ ਦੀ ਐਨਰਜੀ ਪੈਦਾ ਹੁੰਦੀ ਹੈ ਤੇ ਉਹ ਸਿੱਖ ਦੀ ਬਾਡੀ ਦੇ ਵਿੱਚ ਵਾਪਰਦੀ ਹੈ ਤੇ ਖਾਲਸਾ ਪੈਦਾ ਹੁੰਦਾ ਉਹਦੇ ਵਿੱਚੋਂ ਚੱਲਦੀ। ਪਰ ਦਸਮ ਗ੍ਰੰਥ ਦੀਆਂ ਕਲਮਾਂ ਸਾਡੇ ਕੋਲ ਮੌਜੂਦ ਆ ਤੇ ਉਹ ਆਪਣੀਆਂ ਪੌਂਟਾ ਸਾਹਿਬ ਪਈਆਂ ਹੋਈਆਂ, ਗੁਰੂ ਦੀਆਂ ਕਲਮਾਂ ਨਹੀਂ ਮੌਜੂਦ, ਕਿਉਂਕਿ ਗੁਰੂ ਨੇ ਕਲਮ ਜਿਹੜੀ ਹੈ ਉਹ ਜੇ ਕਲਮ ਗੁਰੂ ਦੀ ਰਹਿ ਜੇ ਤਾਂ ਜਿਹੜਾ ਉਹਦਾ ਸਕ੍ਰਿਪਚਰ ਆ ਉਹ ਗੁਰੂ ਨਹੀਂ ਬਣ ਸਕਦੀ।
ਉਹ ਧਾਰਮਿਕ ਗ੍ਰੰਥ ਰਹਿ ਜਾਏਗਾ। ਤੇ ਜਦੋਂ ਧਾਰਮਿਕ ਗ੍ਰੰਥ ਰਹਿ ਜਾਏਗਾ ਤੇ ਉਹਦੇ ਚ ਪੈਸਾ ਜਿਹੜਾ ਲਫ਼ਜ਼ ਵਰਤਦੇ ਨਵ ਧਰਮ ਦੀ ਮੌਲਿਕਤਾ ਨਹੀਂ ਆਏਗੀ, ਉਹਦੇ ਚ ਏਕ ਓਂਕਾਰ ਦੀ ਕਾਰ ਨਹੀਂ ਆਏਗੀ, ਫਿਰ ਕੁਰਾਨ ਵਾਂਗੂ ਹਦਾਇਤ ਆਏਗੀ, ਲਾਅ ਬਾਹਰ ਆਏਗਾ। ਤੇ ਸਿੱਖ ਅੱਜ ਕੱਲ੍ਹ ਸੁਧਾਰਕ ਮੂਵਮੈਂਟ ਕਰਕੇ ਲਾਅ ਬਣਾਉਣ ਲੱਗੇ ਹੋਏ ਹਰ ਗੱਲ ਨੂੰ ਗੁਰੂ ਗ੍ਰੰਥ ਸਾਹਿਬ ਨੂੰ, ਵੀ ਸਿੱਖਾਂ ਦਾ ਇੰਜ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਜਗਤ ਗੁਰੂ ਹੈ, ਉਹਦਾ ਲਾਅ ਜਿਹੜਾ ਦਸਮ ਗ੍ਰੰਥ ਚੋਂ ਬਣਦਾ ਉਹਦੀ ਮਰਿਆਦਾ ਦਾ। ਗੁਰੂ ਗ੍ਰੰਥ ਜਿਹੜਾ ਆ ਉਹ ਧਰਤੀ ਦੇ ਸਮੁੱਚੀ ਸਪਿਰਿਟਸ ਦੇ ਬੈਲੈਂਸ ਲੈਂਦਾ, ਉਹ ਸਕ੍ਰਿਪਚਰਸ ਨੂੰ ਵੀ ਆਪਣੇ ਚ ਧਾਰਨ ਕਰਦਾ, ਉਹ ਪ੍ਰੋਫਿਟਸ ਨੂੰ ਆਪਣੇ ਚ ਧਾਰਨ ਕਰਕੇ ਧਰਤੀ ਨੂੰ ਸਪਿਰਚੁਅਲਿਟੀ ਦਾ ਬੈਲੈਂਸ ਦਿੰਦਾ, ਸੰਤ ਉਭਾਰਦਾ। ਇਸ ਕਰਕੇ ਇਹ ਜਿਹੜਾ ਇਹ ਨੁਕਤਾ ਜਿਹੜਾ ਇਹਨਾਂ ਦੇ ਇਸ਼ਾਰੇ ਸਮਝੋ ਤੁਸੀਂ। ਬਸ ਇੱਕ ਮੈਂ ਹੋਰ ਉਹ ਪੁਆਇੰਟ ਉਹਨਾਂ ਦੀ ਸ਼ਹਾਦਤ ਦਾ ਪੁਆਇੰਟ, ਮੈਂ ਬੜਾ ਕੜੀ ਕੜੀ ਗੱਲ ਕਰਦਣੀ ਹੈ। ਜਿਹੜਾ ਜਦੋਂ ਸ਼ਬਦ ਨੇ ਧਰਤੀ ਤੇ ਆ ਕੇ ਆਪਣੇ ਸਟਰਕਚਰਸ ਦੇਣੇ ਆ ਤਾਂ ਉਹਦੇ ਜਿਹੜੇ ਲੀਨੀਅਰ ਟਾਈਮ ਆ, ਜਿਹੜਾ ਮਨੁੱਖ ਦਾ ਸਹਿਜ ਮਾਨਸਿਕ ਵਰਤਾਰਾ, ਸਰੀਰਕ ਵਰਤਾਰਾ, ਥੋੜ੍ਹਾ ਜਿਹਾ ਇੰਟਲੈਕਟ ਦਾ, ਜਾਂ ਜਿਹੜੇ ਸਿਵਲਾਈਜੇਸ਼ਨ ਦੇ ਸਧਾਰਨ ਪ੍ਰੋਸੈਸ ਆ ਜਿਹਦੇ ਲੀਨੀਅਰ ਡਿਮੈਂਸ਼ਨ ਹੁੰਦੀ ਆ, ਜਿਹਨਾਂ ਦੀਆਂ ਬੜੀਆਂ ਪੇਚੀਦਾ ਕੌਨਸ਼ੀਅਸਨੈਸ ਦੇ ਸਾਰੇ ਡਿਮੈਂਸ਼ਨਸ ਨਹੀਂ ਚੱਲ ਰਹੇ ਹੁੰਦੇ ਉਹਨਾਂ ਦੇ ਅੰਦਰ, ਉਹ ਅਕਹਿਰੇ ਅਕਹਿਰੇ ਪੰਜ ਚੱਲਦੇ ਆ, ਤੇ ਉਹਦਾ ਇਹਦੇ ਨਾਲ ਟਕਰਾਅ ਹੋਣਾ ਕੁਦਰਤੀ ਆ। ਇਸ ਕਰਕੇ ਗੁਰੂ ਸਾਹਿਬ ਨੇ ਆਪ ਕਿਉਂ ਨਹੀਂ ਸਟੇਟ ਸਥਾਪਿਤ ਕਰ ਦਿੱਤੀ, ਮੁਹੰਮਦ ਸਾਹਿਬ ਨੇ ਕੀਤੀ, ਕਿਉਂਕਿ ਕੁਰਾਨ ਦੀ ਨੇਚਰ ਉਹ ਹੈ, ਮੁਹੰਮਦ ਦੀ ਨੇਚਰ ਉਹ ਹੈ, ਗੁਰੂ ਬਿੰਬ ਦੀ ਨੇਚਰ ਉਹ ਨਹੀਂ ਗੀ ਜਿਹੜੀ ਲੀਨੀਅਰ ਟਾਈਮ ਦੇ ਵਿੱਚ ਆਪਣੇ ਸਾਰਾ ਵਜੂਦ ਰੱਖਦੀ ਹੋ, ਇਹ ਲੀਨੀਅਰ ਟਾਈਮ ਤੋਂ ਬਾਹਰ ਰਹਿੰਦੀ ਆ, ਹੋਰ ਮਲਟੀਪਲ ਡਿਮੈਂਸ਼ਨ ਆ। ਇਸ ਕਰਕੇ ਮੈਂ ਜ਼ਿਆਦਾ ਡਿਟੇਲ 'ਚ ਨਹੀਂ ਦੱਸਾਂਗਾ, ਇਸ਼ਾਰੇ 'ਚ ਦੱਸਾਂਗਾ, ਟਾਈਮ ਘੱਟ ਹੈ, ਕਿ ਉਹ ਜਿਹੜੀ ਹਿਸਟਰੀ ਆ, ਜਦੋਂ ਗੁਰੂ ਦਾ ਬਿੰਬ ਧਰਤੀ ਤੇ ਆ ਗਿਆ, ਗੁਰੂ ਨੇ ਆਪਣੇ ਅਮਲ ਦੇ ਨਾਲ ਧਰਤੀ ਤੇ ਉਹ ਚੀਜ਼ਾਂ ਬਖਸ਼ਿਸ਼ ਰੂਪ 'ਚ ਟਿਕਾ ਦਿੱਤੀਆਂ ਤੇ ਉਹਨਾਂ ਦੇ ਬਹਿਸ ਟਿਕਾ ਤੇ, ਹੁਣ ਹਿਸਟਰੀ ਦੇ ਉੱਤੋਂ ਵੀ ਉਹਨੂੰ ਮੁਕਤ ਕਰਨਾ ਹੈ। ਤੁਸੀਂ ਦੇਖੋ ਜਿਹੜੇ ਨਾਮਧਾਰੀ ਪਰੰਪਰਾ, ਉਹਨਾਂ ਨੇ ਕਿਹਾ ਕਿ ਸਾਡੇ ਗੁਰੂ ਦੀ ਲੜੀ ਚੱਲਦੀ ਹੈ, ਬੰਦਾ ਬਹਾਦਰ ਨੇ ਵੀ ਕਿਹਾ ਕਿ ਗੁਰੂ ਚੱਲਦਾ ਆ, ਇੰਜੋ ਅਜੇ ਵੀ ਬੜੇ ਡੇਰੇ ਪੈਦਾ ਹੋ ਰਹੇ ਆ ਜਿਹੜੇ ਗੁਰੂ ਦੀ ਰੀਸ ਕਰਕੇ ਨਿਕਾ ਨਿਕਾ ਜਿਹਾ ਕੁਝ ਕਰਦੇ ਆ, ਇਹ ਗਲਤ ਨਹੀਂ, ਇਹ ਹਿਸਟਰੀ ਦਾ ਸੁਭਾਅ ਹੈ, ਇਹ ਸਪਿਰਚੁਅਲਿਟੀ ਨਹੀਂ, ਇਹ ਦੇਵੀ ਬੈਲੈਂਸ ਦੀ ਰੌਣਕ ਨਹੀਂ ਰੱਖਦੇ, ਪਰ ਧਰਤੀ ਦੀ ਰਿਐਲਿਟੀ, ਧਰਤੀ ਦੀ ਸਾਈਕੋਲੋਜੀ ਦੇ ਮੁਤਾਬਕ ਇਹ ਤੱਤ ਵਾਪਰ ਨਹੀਂ ਹੁੰਦੇ। ਤੇ ਕਈ ਤਰ੍ਹਾਂ ਦੀਆਂ ਦੇਖੋ ਗੁਰੂ ਸਾਹਿਬ ਦੇ ਖਿਆਲ ਦੇ ਵਿੱਚ ਵੀ ਕਿੰਨੀਆਂ, ਜਿਹੜੇ ਸੋਢੀ ਪਰਿਵਾਰ ਸੀ ਉਹਨਾਂ ਨੇ ਕਿੰਨੀਆਂ ਲਾਈਆਂ ਆਪਣੀਆਂ ਗੱਦੀਆਂ, ਇਹ ਸਾਰਾ ਕੁਝ ਐਕਸਪੈਰੀਮੈਂਟ ਹੋ ਚੁੱਕੇ ਆ, ਗੁਰੂ ਨੇ ਕਰ ਦਿੱਤੇ। ਇਸ ਕਰਕੇ ਭਾਈ ਮਣੀ ਸਿੰਘ, ਮਾਤਾ ਸੁੰਦਰੀ ਜੀ, ਬਾਬਾ ਦੀਪ ਸਿੰਘ, ਬਾਬਾ ਬੰਦਾ ਬਹਾਦਰ ਤੇ ਦਸਮ ਗ੍ਰੰਥ, ਇਹ ਜਿਹੜੀਆਂ ਸਾਡੇ ਕੋਲ ਚੀਜ਼ਾਂ ਆ, ਇਹ ਹਿਸਟਰੀ ਦੇ ਉਹ ਵਰਤਾਰੇ ਜਿਹੜੇ ਗੁਰੂ ਦੀ ਦੇਹ ਰੂਪ ਦੀ ਹਿਸਟਰੀ ਚ ਕੰਟੀਨਿਊਟੀ ਚਾਹੁੰਦੇ ਆ, ਇਹ ਉਹਨਾਂ ਦੇ ਚੈੱਕ ਲਾਉਣ ਵਾਲੇ ਵਰਤਾਰੇ, ਇਹਨਾਂ ਦੀ ਸ਼ਹਾਦਤ ਵੀ ਇਸ ਨਿਯਮ ਚ ਹੋ ਰਹੀ, ਇਹ ਕੱਲੀ ਕੋਈ ਐਂ ਨੀ ਵੀ ਉਹਨਾਂ ਨੇ ਪੈਸੇ ਨਹੀਂ ਦਿੱਤੇ ਤੇ ਉਹ ਸ਼ਹਾਦਤ ਹੋ ਗਈ, ਇਹ ਬਾਰੀ ਬਾਰੀ ਚੀਜ਼ਾਂ ਨੇ। ਉਹਨਾਂ ਦੀ ਜਿਹੜੇ ਰਮਜ਼ੀ ਪਹਿਲੂ ਇਹ ਆ ਕਿ ਉਹਨਾਂ ਦੀ ਸ਼ਹਾਦਤ ਜਿਹੜੀ ਆ ਉਹ ਹਿਸਟਰੀ ਦੇ ਵਰਤਾਰਿਆਂ ਨੂੰ ਵਾਰ ਵਾਰ ਰੋਕਦੀ ਰਹੇਗੀ, ਉਹ ਉਸ ਤਰ੍ਹਾਂ ਦੀ ਪੰਥ 'ਚ ਇੰਸਪੀਰੇਸ਼ਨ ਪੈਦਾ ਕਰਦੀ ਰਹੇਗੀ। ਬੰਦਾ ਬਹਾਦਰ, ਬੰਦਾ ਬਹਾਦਰ ਦੀ ਸਾਖੀ ਦੇ ਵਿੱਚ ਦੋਹਰੇ ਪਹਿਲੂ ਪਏ ਆ, ਬੰਦਾ ਬਹਾਦਰ ਹਿਸਟਰੀ ਦੀ ਚੇਤਨਾ ਦੇ ਵਿੱਚ ਵੀ ਗਿਆ, ਜਦੋਂ ਹਿਸਟਰੀ ਦੀ ਚੇਤਨਾ 'ਚ ਗਿਆ ਉਹ ਗਹਿਰਵਾਂ ਗੁਰੂ ਬਣਿਆ, ਪਰ ਬੰਦਾ ਬਹਾਦਰ ਦੇ ਵਿੱਚ ਦੈਵੀ ਰਮਜ਼ ਵੀ ਨਾਲ ਹੀ ਆ, ਕਿਉਂਕਿ ਉਹਨੂੰ ਥਾਪੜਾ ਗੁਰੂ ਦਾ ਪੰਜ ਤੀਰਾਂ ਦਾ, ਉਹ ਉੱਥੇ ਜਾ ਕੇ ਉਹ ਵਾਪਸ ਪੜਿਆ
ਤੇ ਉਹਨੇ ਆਪਣੇ ਤੇ ਸ਼ਹਾਦਤ ਧਾਰਨ ਕੀਤੀ ਤੇ ਉਹਨੇ ਆਪਣੇ ਹਿਸਟਰੀ ਦੇ ਟੋਟਲ ਵਹਿਣ ਦੇ ਪਸਾਰ ਨੂੰ ਜਿਹੜਾ ਗਿਆਰਵਾਂ ਗੁਰੂ ਥਾਪਣਾ ਚਾਹੁੰਦੇ ਆ ਉਹਨੂੰ ਵਾਪਸ ਖਿੱਚ ਕੇ ਦਸਵੇਂ ਗੁਰੂ ਦੇ ਚਰਨ 'ਚ ਬਹਿ ਗਿਆ ਤੇ ਉਹਨੇ ਸ਼ਹਾਦਤ ਕੀਤੀ। ਉਹਦੀ ਬੋਡੀ ਬਲੂਮ ਕਰਦੀ ਬੋਡੀ ਆ ਬੰਦਾ ਬਹਾਦਰ ਦੀ, ਬੰਦਾ ਬਹਾਦਰ ਦੀ ਬੋਡੀ ਇਤਿਹਾਸ ਦੇ ਵਿੱਚ ਇੱਕ ਯੂਨਿਟ ਵਾਂਗੂ ਕਰਾਮਾਤ ਪੈਦਾ ਕਰਦੀ ਬੋਡੀ ਨਹੀਂ ਹੈ। ਬੰਦਾ ਬਹਾਦਰ ਦੀ ਬੋਡੀ ਇਤਿਹਾਸ ਦੇ ਟੋਟਲ ਵਹਿਣ ਦੇ ਨੂੰ ਆਪਣੇ 'ਚ ਪੈਦਾ ਕਰਕੇ ਜਿਵੇਂ ਪਹਾੜਾਂ ਤੋਂ ਦੰਗਾ ਛਾਲ ਮਾਰ ਕੇ ਨਿਕਲੇ ਪਰ ਦੂਜੇ ਹੀ ਪਲ ਵਾਪਸ ਆਪਣੇ ਮੂਲ ਸੋਮੇ 'ਚ ਆ ਜਾਏ, ਇਸ ਤਰ੍ਹਾਂ ਦਾ ਜ਼ੋਰ ਆ ਬੰਦਾ ਬਹਾਦਰ ਦੇ ਵਿੱਚ। ਇਸ ਕਰਕੇ ਬੰਦਾ ਬਹਾਦਰ ਦੀ ਸ਼ਹਾਦਤ ਨੂੰ ਐਵੇਂ ਅਗਿਆਰੇ ਦੇ ਇਤਿਹਾਸਕ ਨੁਕਤੇ ਤੋਂ ਐਵੇਂ ਕਹਿਣਾ ਜੀ ਉਹ ਡੋਲ ਗਿਆ, ਕੋਈ ਕਹਿੰਦੇ ਨਹੀਂ ਡੋਲ ਗਿਆ, ਕੋਈ ਅੱਜ ਕੱਲ੍ਹ ਕਈ ਵਿਦਵਾਨ ਲੱਗੇ ਯੂਨੀਵਰਸਿਟੀਆਂ ਦੇ ਮਾਤਾ ਸੁੰਦਰੀ ਡੋਲ ਗਈ ਕਹਿੰਦੇ ਬੰਦਾ ਬਹਾਦਰ ਨਹੀਂ ਡੋਲ ਗਿਆ, ਉਹਨਾਂ ਨੂੰ ਇਹ ਐਵੇਂ ਕੱਚੀਆਂ ਜੀਆਂ ਮੇਰਾ ਖਿਆਲ ਆ। ਚਲੋ ਮੈਂ ਜ਼ਿਆਦਾ ਨਾ ਬੋਲਾਂ। ਇਸ ਕਰਕੇ ਭਾਈ ਸਾਹਿਬ ਦੀ ਜਿਹੜੀ ਸ਼ਹਾਦਤ ਆ ਉਹਦੀ ਅਗਲੀ ਰਮਜ਼ ਇਹ ਆ ਕਿ ਜਿਹੜੇ ਜਦੋਂ ਉਹਨਾਂ ਨੂੰ ਜਲਾਦ ਦੇ ਹਵਾਲੇ ਕੀਤਾ ਤਾਂ ਜਲਾਦ ਉਹਨਾਂ ਦਾ ਬੰਦ ਕੱਟਣ ਲੱਗਾ, ਉਹ ਕਹਿੰਦੇ ਵੀ ਨਹੀਂ ਬੰਦ ਇੱਥੋਂ ਸ਼ੁਰੂ ਹੁੰਦਾ। ਇਹ ਤੁਹਾਨੂੰ ਲੱਗਦਾ ਵੀ ਉਹਨਾਂ ਨੇ ਉਂਝ ਹੀ ਕਿਹਾ ਤਾਂ ਹਾਂ ਇੱਥੋਂ ਸ਼ੁਰੂ ਹੁੰਦਾ। ਇਹਦੇ ਪਿੱਛੇ ਜਿਹੜੀਆਂ ਟ੍ਰੈਡੀਸ਼ਨਸ ਆ ਕਿ ਇਸਲਾਮ ਦੇ ਵਿੱਚ ਜਦੋਂ ਪ੍ਰੇਅਰ ਦੀ ਪੀਕ ਪੈਦਾ ਹੁੰਦੀ ਹੈ ਤਾਂ ਮੁਸਲਮਾਨ ਨਮਾਜ਼ ਦੇ ਦੌਰਾਨ ਆਪਣੀ ਇਹ ਵਾਲੀ ਉਂਗਲ ਚੁੱਕਦੇ ਆਪਣੀ ਤੇ ਉਹ ਇਹਨੂੰ ਕਹਿੰਦੇ ਅੰਗੁਸ਼ਤੇ ਸ਼ਹਾਦਤ, ਸ਼ਹਾਦਤ ਦੀ ਉਂਗਲ, ਤੇ ਉਹ ਆਪਣੇ ਮੂੰਹ ਦੇ ਵਿੱਚੋਂ ਪੜ੍ਹਦੇ ਆ ਅਸ਼ਹਦੂ ਅੱਲਾ ਇਲਾ ਇਲਾ ਮੁਹੰਮਦ ਰਸੂਲ ਅੱਲਾ, ਇਹ ਕਲਮਾ ਹੈ। ਉਹ ਕਲਮਾ ਪੜ੍ਹਦੇ ਆ ਕਿ ਮੈਂ ਗਵਾਹੀ ਦਿੰਦਾ ਕਿ ਅੱਲਾ ਇੱਕ ਹੈ ਤੇ ਮੁਹੰਮਦ ਉਹਦਾ ਰਸੂਲ ਹੈ। ਆਹ ਉਂਗਲ ਦੇ ਨਾਲ ਭਾਈ ਮਣੀ ਸਿੰਘ ਇਹ ਉਂਗਲ ਦੇ ਨਾਲ ਇਹ ਉਂਗਲ ਕਹਿੰਦੇ ਵੀ ਆਹ ਵੱਡ ਭਾਵ ਜਿਹੜਾ ਪੋਲੀਟੀਕਲ ਇਸਲਾਮ ਹੈ ਤੇ ਖੱਬੇ ਹੱਥ ਨੂੰ ਮੁਸਲਮਾਨ ਮਾੜਾ ਮੰਨਦੇ, ਖੱਬੇ ਹੱਥ ਨਾਲ ਨਹੀਂ ਚੱਕਦੇ। ਇਕਬਾਲ ਦਾ ਸ਼ੇਰ ਪੈਸਾ ਸੁਣਾਉਂਦੇ ਹੁੰਦੇ ਖਾਲਸਾ ਸ਼ਮਸ਼ੀਰੋ ਕੁਰਾਨਾ ਬਬੁਰਦ, ਖਾਲਸਾ ਸ਼ਮਸ਼ੀਰ ਤੇ ਕੁਰਾਨ ਦੀ ਆਤਮਾ ਖੋ ਕੇ ਲੈ ਗਿਆ ਕਿ ਜਿਸ ਦੇ ਨਾਲ ਈਸ਼ਵਰ ਮੁਸਲਮਾਨੀ ਬਬੁਰਦ ਮੁਸਲਮਾਨਾਂ ਦੀ ਸਲਤਨਤ ਖਤਮ ਹੋ ਗਈ। ਗੁਰੂ ਦੇ ਸ਼ਹੀਦ ਨੇ ਇਸਲਾਮ ਦੀ ਜਿਹੜੀ ਸਾਰੀ ਸਪਿਰਿਟ ਦੀ ਪਿਓਰਿਟੀ ਹੈ ਉਹਦੀ ਸ਼ਹਾਦਤ ਦੀ ਸ਼ੁੱਧਤਾ ਆਪਣੀ ਉਂਗਲ 'ਚ ਲੈ ਜਾਂਦੀ ਹੈ ਤੇ ਇਸਲਾਮ ਨੂੰ ਦੱਸ ਰਿਹਾ ਕਿ ਤੂੰ ਜਿਹੜੀ ਸ਼ਹਾਦਤ ਤੇ ਉਂਗਲ ਆ ਜਿਹਦੇ 'ਤੇ ਤੇਰਾ ਜ਼ੋਰ ਚੱਲਦਾ ਉਹਨੂੰ ਕੱਟ ਲਾ। ਇਸ ਕਰਕੇ ਉਹ ਆਪਣੀ ਬੋਡੀ ਦੇ ਰਾਹੀਂ ਇਸਲਾਮ ਦੀ ਡਿਵਰਸ਼ਨ ਨੂੰ ਇਸਲਾਮ ਦੀ ਡਿਵਰਸ਼ਨ ਦੁਆਰਾ ਖਤਮ ਕਰਾਉਂਦੇ ਤੇ ਇਹਦੇ ਨਾਲ ਧਰਤੀ ਦੇ ਉੱਤੇ ਵਿਕਟਰੀ ਪੈਦਾ ਹੁੰਦੀ ਹੈ, ਬੰਦਿਆਂ ਨੂੰ ਜਿੱਤਣ ਨਾਲ ਨਹੀਂ ਹੁੰਦੀ। ਇਸ ਕਰਕੇ ਜਿਹੜੇ ਵੱਡੇ ਸਪਿਰਚੁਅਲ ਸਟਰਕਚਰਸ ਆ ਜਿੰਨਾ ਚਿਰ ਸਾਡੀ ਬੋਡੀ ਦੇ ਵਿੱਚ ਉਹ ਨਹੀਂ ਬੋਲਣਗੇ ਅਸੀਂ ਧਰਤੀ ਦੇ ਉੱਤੇ ਆਪਣੇ ਬਖਸ਼ਿਸ਼ ਜਿਹੜੀ ਸਾਨੂੰ ਗੁਰੂ ਸਾਹਿਬ ਦੀ ਸਾਡੇ ਸ਼ਹੀਦਾਂ ਦੀ ਹੋਈ ਆ ਉਹਨਾਂ ਦੇ ਰਮਜ਼ੀ ਪਹਿਲੂ ਨਹੀਂ ਪੈਦਾ ਕਰਾਂਗੇ, ਸਾਡੀ ਆਵਾਜ਼ 'ਚ ਜਾਣ ਨਹੀਂ ਆਉਂਦੀ, ਸਾਡੇ ਅਮਲ 'ਚ ਜਾਣ ਨਹੀਂ ਆਉਂਦੀ, ਸਾਡੀ ਦੇਹ 'ਚ ਹਰਕਤ ਨਹੀਂ ਆਉਂਦੀ। ਜਦੋਂ ਗੁਰੂ ਸਾਹਿਬ ਸੀ ਉਦੋਂ ਸਿੱਖਾਂ ਦੇ ਕਦ ਬਦਲੇ ਸ਼ੁਰੂ ਹੋ ਗਏ ਸੀ, ਉਹਨਾਂ ਦੀ ਬਾਇਓਕੈਮਿਸਟਰੀ ਬਦਲ ਗਈ ਸੀ। ਇਸ ਕਰਕੇ ਜਿਹੜਾ ਇਹ ਵਰਤਾਰਾ ਇਹ ਰੂਬਰੂ ਵਾਪਰਦਾ, ਇਹ ਕੋਈ ਮਿਸਟਿਕ ਫਿਨੋਮੇਨਾ ਨਹੀਂ ਹੈ ਕਿ ਆਕਾਸ਼ 'ਚ ਧੁੰਦੜੀਆਂ ਗੱਲਾਂ ਤੇ ਖਿਆਲ ਦੇ ਧੁੰਦਲੇ ਪਣ 'ਚ ਵਾਪਰਦਾ, ਇਹ ਰੂਬਰੂ ਵਾਪਰਦਾ, ਇਹ ਦੇਹ 'ਤੇ ਵਾਪਰਦਾ, ਦੇਹ ਨੂੰ ਰੌਣਕ ਦਿੰਦਾ ਤੇ ਦੇਹ ਦੇ ਵਿੱਚ ਹੀ ਇਤਿਹਾਸ ਨੂੰ ਨਵਾਜਿਸ਼ ਕਰਨ ਦੇ ਆਪਣੇ ਜਲਵੇ ਉਜਾਗਰ ਕਰਦਾ। ਮੈਂ ਜੇ ਜਦੋਂ ਬੋਲ ਗਿਆ ਮਾਤਾ ਗੁਸਤਾਖੀ ਮਾਫ, ਹੋਰ ਵੀ ਇਹਨਾਂ ਦੀਆਂ ਬਹੁਤ ਜ਼ਿਆਦਾ ਅਕਥ ਚੀਜ਼ਾਂ, ਉਹ ਅਸੀਂ ਜੇ ਠੀਕ ਤਰ੍ਹਾਂ ਪੜ੍ਹਾਂਗੇ ਆਪਣੀ ਪਰੰਪਰਾ ਨੂੰ ਠੀਕ ਬੈਲੈਂਸ ਨਾਲ ਦੇਖਾਂਗੇ ਤਾਂ ਇਹ ਚੀਜ਼ਾਂ ਨਿਕਲਣਗੀਆਂ ਤੇ ਇਹ ਵੇੜਾ ਜਿਹੜਾ ਆ ਇਹ ਸਿੱਖ ਪੰਥ ਦੇ ਬਹੁਤ ਜ਼ਿਆਦਾ ਮਿਹਨਤ ਕਰਨ ਦਾ ਵੇੜਾ, ਅਸੀਂ ਸਟੂਡੈਂਟਸ ਤੋਂ ਉਮੀਦ ਕਰਾਂਗੇ ਕਿ ਉਹ ਪੜ੍ਹਨ। ਧੰਨਵਾਦ।